ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਕਬੂਲਪੁਰਾ ਵਿਖੇ ਕੀਤਾ ਗਿਆ ਚੋਣ ਪ੍ਰਚਾਰ। ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਕੱਢਿਆ ਗਿਆ ਰੋਡ ਸ਼ੋਅ। ਪ੍ਰਤਾਪ ਨਗਰ ਵਿਖੇ ਕਾਂਗਰਸ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਮਕਬੂਲਪੁਰਾ ਰਜਿੰਦਰ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੇਜਰ ਲੁੱਦੜ, ਰਣਜੀਤ ਸਿੰਘ, ਕੁਲਦੀਪ ਸਿੰਘ ਜੱਜ, ਮਲਕੀਤ ਸਿੰਘ ਸਮੇਤ ਸਮੂਹ ਮਕਬੂਲਪੁਰਾ ਇਲਾਕੇ ਦੇ ਲੋਕ ਹਾਜ਼ਰ ਸਨ। ਕੋਈ ਉਹਨੂੰ ਲੱਭ ਨਹੀਂ ਸਕਦਾ, ਕੋਈ ਉਹਨੂੰ ਕੰਮ ਨਹੀਂ ਕਰਦਾ। ਚਿੱਠੀ ਲਿਖਦਾ ਹੁੰਦਾ, ਮੈਂ ਚਿੱਠੀ ਲਿਖਦਾ, ਚਿੱਠੀਆਂ ਨੇ ਕੰਮ ਦੇ। ਮੈਨੂੰ ਕਿਸੇ ਨੇ ਚਿੱਠੀ ਫੜਾਉਣੀ ਨਾ, ਜਦੋਂ ਮੰਤਰੀ ਮੈਂ ਕਿਹਾ ਚਿੱਠੀ ਦੱਸਦਾ, ਜੇਲ੍ਹ ਚ ਬਾਹਰ ਦੱਸ ਕੀ ਕਰਾਉਣਾ, ਫੋਨ ਕਰਨਾ, ਇਹ ਕੰਮ ਕਰਕੇ ਤੇ ਦੱਸ। ਅਫਸਰ ਨੂੰ ਉਤਰੇ ਕਹਿਣਾ ਇਹ ਕਰਕੇ ਦੱਸ। ਅਗਲੇ ਗੱਲ ਨਹੀਂ ਹੋ ਗਿਆ, ਬੰਦੇ ਨੇ ਗੱਲ ਨਾ ਹੋ ਗਿਆ। ਮਹਾਜਨ ਸਾਹਿਬ ਮੇਰੇ ਭਰਾ ਬੈਠੇ ਆ ਜਾਓ ਮਨਜੋਤ, ਇਹ ਬੜਾ ਹੀਰਾ ਭਰਾ ਸਾਡਾ, ਪਿਛਲੀ ਵਾਰੀ ਮੇਰੇ ਨਾਲ ਬੜਾ ਸ਼ਰੀਫ ਬੰਦਾ। ਚਲੋ ਗੱਲ ਮੈਂ ਲੰਬੀ ਨਹੀਂ ਕਰਨੀ, ਤੁਸੀਂ ਬਹੁਤ ਟਾਈਮ ਦੇ ਬੈਠੇ ਜੀ। 1 ਤਰੀਕ ਨੂੰ 1 ਨੰਬਰ ਬਟਨਾ ਹੈ ਤੱਕੜੀ ਵਾਲਾ, ਸਾਰੇ ਤਜਰਬੇ ਆਪਾਂ ਕਰ ਲਿਆ, ਝਾੜੂ ਵਾਲਾ ਤਜਰਬਾ ਵੀ ਕਰ ਲਿਆ, ਪੰਜੇ ਵਾਲਾ ਵੀ ਕਰ ਲਿਆ। ਜੋ ਬਾਦਲ ਸਾਹਿਬ ਨੇ ਕੀਤਾ ਨਾ, ਉਹ ਨਾ ਕੁਝ ਕੀਤਾ ਕਿਸੇ ਨੇ ਨਾ ਕਰ ਸਕਦਾ। ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਗਰੀਬਾਂ ਵਾਸਤੇ, ਕਿਸਾਨਾਂ ਵਾਸਤੇ, ਡਿਵੈਲਪਮੈਂਟ ਦੇ ਕੰਮ, ਉਹ ਨਾ ਕਦੀ ਕਿਸੇ ਨੇ ਪਹਿਲਾਂ ਕੀਤੇ ਤੇ ਨਾ ਬਾਅਦ ਕੀਤੇ। ਉਹ 10 ਸਾਲ 7 ਤੋਂ 17 ਤੱਕ ਮੈਂ ਮੰਤਰੀ ਸੀ। ਮੇਰਾ ਖਿਆਲ ਐਸ ਈਸਟ ਹਲਕੇ ਨੂੰ BPC ਉਦੋਂ ਸਿੱਧੂ ਦੀ ਘਰ ਬਣੀ, ਇਸ ਹਲਕੇ ਨੂੰ ਮੈਂ 300 ਕਰੋੜ ਰੁਪਈਆ ਡਿਵੈਲਪਮੈਂਟ ਵਾਸਤੇ ਦਿੱਤਾ। ਨਕੁਲ ਡਿਪਾਰਟਮੈਂਟ ਗਲੋਬਲ ਵਰਮੈਂਟ ਦੀ ਪ੍ਰਵਾਹ ਹੀ ਨਹੀਂ। ਮੈਂ ਕਹਿੰਦਾ ਮੈਂ ਕੰਮ ਲਿਆਓ ਪਰ ਕਰੋ ਜਾ ਕੇ ਜਿਹੜੇ ਮੈਂ ਪੈਸੇ ਦਿੱਤੇ ਆ ਤੇ ਮੋਨੀਟਰਿੰਗ ਕਰੋ। ਚੋਣ ਪ੍ਰਚਾਰ ਦੇ ਹਿੱਸੇ ਵਜੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਹਾਲ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਭਾਜਪਾ ਆਗੂ ਰਾਜਿੰਦਰ ਮੋਹਨ ਸਿੰਘ ਚੀਨਾ, ਸੈਂਟਰਲ ਲਾਈਟ ਇੰਚਾਰਜ ਡਾਕਟਰ ਰਾਮ ਚਾਵਲਾ, ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਅਜੇਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ। ਅੰਮ੍ਰਿਤਸਰ ਦੀ ਜਨਤਾ ਨੂੰ ਪਤਾ ਆ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ 10 ਸਾਲ 'ਚ ਭਾਰਤ 'ਚ ਵਿਕਾਸ ਲਿਆਏ ਨੇ ਤੇ ਅਸੀਂ ਅੰਮ੍ਰਿਤਸਰ ਵਾਲੇ ਉਹਨੂੰ ਮਿਸ ਕਰ ਗਏ ਹਾਂ। ਇਹ ਜਿਹੜੀਆਂ ਇੱਥੇ ਪਰਿਸਥਿਤੀਆਂ ਨੇ, ਕਾਨੂੰਨ ਕਿਹਾ
ਆਪਣੇ ਕਾਨੂੰਨੀ ਵਿਵਸਥਾ ਦੀਆਂ, ਸਾਡੇ ਇੱਥੇ ਡਰੱਗ ਦੀਆਂ, ਹੋਰ ਇੱਥੇ ਗੰਦਗੀ ਦੀਆਂ, ਪਾਣੀ ਸੀਵਰੇਜ ਦੀਆਂ, ਅਤੇ ਸਭ ਤੋਂ ਅੱਗੇ ਪ੍ਰੋਡਕਟਿਵਿਟੀ, ਇਨਕਮਾਂ ਅਤੇ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਥੱਲੇ ਜਾ ਰਹੀ ਹੈ। ਕਿਸੇ ਵੀ ਇੰਡੈਕਸ ਨੂੰ ਤੁਸੀਂ ਲੈ ਲਓ, ਕਿੱਥੇ ਅੰਮ੍ਰਿਤਸਰ ਹੁੰਦਾ ਸੀ ਅਤੇ ਪਿਛਲੇ 8 ਸਾਲ 'ਚ ਹੁਣ ਕਿੱਥੇ ਪਹੁੰਚ ਗਿਆ। ਹੁਣ ਟਾਈਮ ਆ ਗਿਆ, ਆਹ ਜਿਹੜਾ ਤੁਸੀਂ ਸਭ ਕੁਝ ਦੇਖਿਆ, ਅੰਮ੍ਰਿਤਸਰ ਦੀ ਜਨਤਾ ਡਿਵੈਲਪਮੈਂਟ ਨਾਲ ਕਮਿਟਡ ਆ ਅਤੇ ਮੈਂ ਉਹਨਾਂ ਨੂੰ ਅੰਮ੍ਰਿਤਸਰ 'ਚ ਡਿਵੈਲਪਮੈਂਟ ਲੈ ਕੇ ਆਵਾਂ। ਪ੍ਰਤਾਪ ਨਗਰ ਅਤੇ ਵਾਰਡ ਨੰਬਰ 71 ਵਿਖੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 1 ਜੂਨ ਵਾਲੇ ਦਿਨ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ। ਦੁਆਰਕਾ ਦਾਸ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ, ਰਮਨ ਵਿਰਕ, ਅਮਨ ਵੇਰਕਾ ਵੀ ਮੌਜੂਦ ਸਨ। ਮੋਦੀ ਸਾਹਿਬ ਨੇ ਮਨੀਪੁਰ ਚ ਕੀਤਾ ਘੱਟ ਗਿਣਤੀਆਂ ਦੇ ਉੱਤੇ, ਕ੍ਰਿਸਚਨ ਭਾਈਚਾਰੇ ਦੇ ਉੱਤੇ ਜੋ ਤਸ਼ੱਦਦ ਹਾਥਰਸ ਵੇਲੇ ਕੀਤਾ, ਕਿਸਾਨਾਂ ਤੇ ਕੀਤਾ, ਆਪਾਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਇਹੋ ਜਿਹੇ ਲੋਕਾਂ ਦਾ ਕਿਤੇ ਝੰਡਾ ਵੀ ਲਾਈਏ। ਅਸੀਂ ਪੰਜਾਬੀ ਕੌਮ ਹੈ, ਸੂਰਬੀਰਾਂ ਦੀ ਕੌਮ ਹੈ, ਜ਼ੁਲਮ ਦੇ ਵਿਰੁੱਧ ਲੜਦੇ ਹਾਂ। ਲੋਕਾਂ ਨੂੰ ਆਸ ਉਮੀਦ ਹੁੰਦੀ ਹੈ, ਜਿੱਥੇ ਪੰਜਾਬੀ ਖਲੋਤਾ ਆਵੇ, ਧੀ ਭੈਣ ਨੂੰ ਵੀ ਆਸ ਉਮੀਦ ਹੁੰਦੀ ਹੈ, ਗਰੀਬ ਨੂੰ ਵੀ, ਕਿ ਇਹ ਬੰਦੇ ਖੜੇ ਹੈ, ਹਨੇਰ ਸਵੇਰ ਵੇਲੇ ਵੀ ਕੋਈ ਦਿੱਕਤ ਨਹੀਂ ਆਉਣ ਦਿੰਦੇ। ਤੇ ਰਹਿ ਗਏ ਆ ਦੂਜੇ ਆਪਣੇ, ਕਰ ਦੋਗੇ ਐਤ ਕੀ ਹੈ ਤੈ ਬਹਾ ਦਿਓ ਦੀ ਚੰਗੀ ਤਰ੍ਹਾਂ, ਇਹਨਾਂ ਨੂੰ ਪਤਾ ਲੱਗ ਜਾਏ ਕਿ ਲੋਕ ਕੀ ਹੁੰਦੇ, ਲੋਕਾਂ ਦੇ ਹੱਕ ਮਾਰਨੇ ਕੀ ਗੱਲ ਹੁੰਦੀ ਹੈ। ਮੈਂ ਬੇਨਤੀ ਕਰਨ ਲਈ ਹਾਜ਼ਰ ਹੋਇਆ, 1 ਤਰੀਕ ਵਾਲੇ ਦਿਨ ਤੁਹਾਡੀਆਂ ਵੋਟਾਂ ਨਾਲ ਤੁਹਾਡੇ ਹਰਮਨ ਪਿਆਰੇ MP ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੇ ਤੁਹਾਡੀਆਂ ਵੋਟਾਂ ਨਾਲ ਪਾਰਲੀਮੈਂਟ 'ਚ ਜਾਣਾ, ਸੋ ਤੀਸਰੀ ਵਾਰ ਜਾਣਾ, ਦੋ ਵਾਰਾਂ ਤੋਂ ਤੁਸੀਂ ਭੇਜ ਚੁੱਕੇ, ਤੀਸਰੀ ਵਾਰ ਜਾਣਾ, ਸੋ ਮੇਰੀ ਬੇਨਤੀ ਕਬੂਲ ਕਰਿਓ। 1 ਤਰੀਕ ਵਾਲੇ ਦਿਨ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਗੁਰਜੀਤ ਸਿੰਘ ਔਜਲਾ ਜੀ ਨੂੰ ਪਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਭੇਜੋ। ਤੁਹਾਡਾ ਕੋਈ ਕੰਮ ਜਿਹੜਾ ਸੈਂਟਰਲ ਗੌਰਮੈਂਟ ਦਾ ਰਹਿਣ ਨਹੀਂ ਦੇਗਾ ਇਹ ਨੌਜਵਾਨ। ਸੋ ਜਿੱਥੋਂ ਤੱਕ ਸਵਾਲ ਹੈ ਕੰਮਾਂ ਦਾ ਜਾਂ ਕਾਂਗਰਸ ਪਾਰਟੀ ਦਾ, ਕਾਂਗਰਸ ਪਾਰਟੀ ਜਿਹੜੀ ਹੈ ਸਾਰੇ ਧਰਮਾਂ ਦੀ ਸਾਂਝੀ ਪਾਰਟੀ, ਸੈਕੂਲਰ ਸੋਚ ਵਾਲੀ ਪਾਰਟੀ, ਸਭ ਤੋਂ ਪੁਰਾਣੀ ਪਾਰਟੀ ਜਿਹਨੇ ਦੇਸ਼ ਨੂੰ ਆਜ਼ਾਦ ਕਰਵਾਇਆ। ਚੋਣਾਂ ਨੂੰ ਮੱਦੇਨਜ਼ਰ ADCP ਸਿਟੀ 2 ਪ੍ਰਭਜੋਤ ਸਿੰਘ ਵਿਰਕ ਸਮੇਤ ACP ਨੌਰਥ ਅਤੇ ਵੈਸਟ ਸਮੇਤ ਲੋਕਲ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਜ਼ੋਨ 2 ਦੇ ਵੱਖ ਵੱਖ ਏਰੀਆ ਵਿੱਚ ਫਲੈਗ ਮਾਰਚ ਕੱਢੇ ਗਏ। ਇਸ ਤੋਂ ਇਲਾਵਾ ਅਮਨ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਣ ਜਾਣ ਵਾਲੇ ਵਹੀਕਲ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਵੱਧ ਰਹੀ ਗਰਮੀ ਤੋਂ ਬਚਾਵ ਲਈ ਪੰਜਾਬ ਪੁਲਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਜਿਸ ਦੇ ਤਹਿਤ ADCP ਟ੍ਰੈਫਿਕ ਹਰਪਾਲ ਸਿੰਘ ਵੱਲੋਂ 100 ਦੇ ਕਰੀਬ ਵੱਖ ਵੱਖ ਇਲਾਕਿਆਂ ਦੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਵਾਟਰ ਕੂਲਰ ਅਤੇ ORS ਦੇ ਸ਼ੈਸ਼ੇ ਮੁਹੱਈਆ ਕਰਵਾਏ ਗਏ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਤਪਦੀ ਗਰਮੀ ਵਿੱਚ ਡਿਊਟੀ ਨਿਭਾਉਂਦਿਆਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤਰ੍ਹਾਂ ਜੀ, ਟ੍ਰੈਫਿਕ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਸਾਰੀ ਗਰਮੀ ਜਿਹੜੀ ਪੈ ਰਹੀ ਹੈ,
ਟੈਂਪਰੇਚਰ ਜਿਹੜਾ 47 ਦੇ ਕਰੀਬ ਜਾ ਚੁੱਕਾ ਅਤੇ ਟ੍ਰੈਫਿਕ ਦੇ ਕਰਮਚਾਰੀ ਜਿਹੜੇ ਜਿਹੜਾ ਮਤਲਬ ਖਾਸ ਕਰਕੇ ਦਫ਼ਤਰਾਂ ਦਾ ਟਾਈਮ ਦੁਪਹਿਰ ਦੇ ਟਾਈਮ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਚੌਂਕਾਂ ਦੇ ਵਿੱਚ ਹੁੰਦੀ ਹੈ। ਮੈਂ ਅਸੀਂ ਦੇਖਿਆ ਕਿ ਕਾਫੀ ਕਰਮਚਾਰੀ ਜਿਹੜੇ ਆ ਜਦੋਂ ਚੌਂਕ 'ਚ ਤਿੰਨ ਤਿੰਨ ਚਾਰ ਚਾਰ ਕਰਮਚਾਰੀ ਲੱਗੇ ਹੁੰਦੇ ਆ ਉਹ ਜਦੋਂ ਕੋਈ ਦੋ ਚਾਰ ਪਾਣੀ ਪੀਣ ਚੱਲ ਜਾਂਦੇ ਟ੍ਰੈਫਿਕ ਮਗਰੋਂ ਜਾਮ ਲੱਗਦੇ। ਇਸ ਕਰਕੇ ਸਾਡੇ ਨੂੰ ਕੁਛ ਸੰਸਥਾਵਾਂ ਨੇ ਸਹਿਯੋਗ ਕੀਤਾ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਕਰੀਬ 100 ਵਾਟਰ ਕੂਲਰ ਜਿਹੜਾ ਵਾ ਉਹ ਕਰਮਚਾਰੀਆਂ ਨੂੰ ਵੱਖ ਵੱਖ ਪੁਆਇੰਟਾਂ 'ਤੇ ਅੱਜ ਜਿਹੜਾ ਵੰਡਿਆ ਗਿਆ ਵਾ ਉਹ ਕਰਮਚਾਰੀਆਂ ਨੂੰ ਵਾਟਰ ਕੂਲਰ ਅਤੇ ORS ਇਹ ਕਰਮਚਾਰੀਆਂ ਨੂੰ ਦਿੱਤੇ ਜਾਣ ਤਾਂ ਜੋ ਕਰਮਚਾਰੀ ਜਿਹੜੇ ਉਹ ਪੀ ਕੇ ਆਪਣੀ ਸਿਹਤ ਚੰਗੀ ਰੱਖਣ ਤਾਂ ਉਹ ਬਿਮਾਰ ਨਾ ਹੋਣ। ਇਸ ਦੇ ਨਾਲ ਨਾਲ ਜਿਹੜੇ ਕਰਮਚਾਰੀ ਆ ਜਿਹੜਾ ਟ੍ਰੈਫਿਕ ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ ਕਿਉਂਕਿ ਸਾਡਾ ਇਹ ਮੇਨ ਜਿਹੜਾ ਸਾਡਾ ਮੁੱਦਾ ਇਹ ਆ ਕਿ ਲੋਕਾਂ ਨੂੰ ਵੋਟ ਪਾਉਣ ਜਾਣ ਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ। ਅਸੀਂ ਇਹ ਚਾਹੁੰਦੇ ਵੀ ਹਰ ਬੰਦਾ ਜਿਹੜਾ ਵਾ ਉਹ ਵੋਟ ਪਾਉਣ ਜਾਵੇ ਔਰ ਨਿਰਵਿਘਨ ਜਾਵੇ, ਉਹਨੂੰ ਇਹ ਨਾ ਮਹਿਸੂਸ ਹੋਏ ਵੀ ਮੈਂ ਜਾਮ 'ਚ ਫਸਿਆ ਮੈਂ ਰੁਕਿਆ ਜਿਹਦੇ ਵਜ੍ਹਾ ਕਰਕੇ ਮੈਂ ਵੋਟ ਨਹੀਂ ਪਾ ਸਕਿਆ। ਔਰ ਮੈਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਵਾਂ ਵੀ ਕਿਰਪਾ ਕਰਕੇ ਤੁਸੀਂ ਸਾਨੂੰ ਵੋਟ ਪਾਉਣ ਵੀ ਜ਼ਰੂਰ ਜਾਓ ਅਤੇ ਇਹਦੇ ਜਿੱਦਾਂ ਕੁਝ ਸੰਸਥਾਵਾਂ ਨੇ ਟ੍ਰੈਫਿਕ ਕਰਮਚਾਰੀਆਂ ਦੀ ਸਿਹਤ ਨੂੰ ਰੱਖਦੇ ਰਹਿਬਰ ਦਿੱਤੇ ਨੇ, ਬਾਕੀ ਵੀ ਇੱਦਾਂ ਜਿਹੜੇ ਆ ਹੋਰ ਜਿਹੜੇ ਆ ਉਪਰਾਲੇ ਕਰਨ ਦੀ ਲੋੜ ਆ। ਇਸ ਤਰ੍ਹਾਂ ਅਸੀਂ ਹੋਰ ਵੀ ਕਾਫੀ ਜਿਹੜੇ ਆ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਕੀਤੇ ਜਾ ਰਹੇ ਉਪਰਾਲੇ। ਔਰ ਇਸ ਤੋਂ ਬਾਅਦ ਅਸੀਂ ਜਿਹੜੀਆਂ ਬੱਸਾਂ ਦੀ ਸਮੱਸਿਆ ਵਾ ਜਿਹੜੀਆਂ ਵੀਡੀਓ ਕੋਚ ਬੱਸਾਂ ਉਹਨਾਂ ਨੂੰ ਇਲੈਕਸ਼ਨ ਤੋਂ ਬਾਅਦ ਅਸੀਂ ਇੱਕ ਜਗ੍ਹਾ ਜਿਹੜੀ ਸ਼ਹਿਰੋਂ ਬਾਹਰ ਖੁੱਲ੍ਹੀ ਜਗ੍ਹਾ 'ਤੇ ਜਿੱਥੋਂ ਇਹ ਜਾਣਗੀਆਂ ਤਾਂ ਜੋ ਸ਼ਹਿਰ 'ਚ ਜਿਹੜੇ ਟ੍ਰੈਫਿਕ ਜਾਮ ਨਾ ਲੱਗਣ। ਜਿਹੜਾ ਤੁਸੀਂ ਆਪਾਂ ਮਾਲ ਰੋਡ ਹੁੰਦਾ ਇੱਥੇ ਪਹਿਲਾਂ ਬਹੁਤ ਦਰਖਤ ਹੁੰਦੇ ਸੀ, ਹੁਣ ਮਾਲ ਰੋਡ 'ਤੇ ਬਹੁਤ ਸੇਕ ਪੈਂਦਾ ਕੋਈ ਦਰਖਤ ਨਹੀਂ। ਔਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਆ ਦਰਖਤ ਲਾਉਣੇ ਚਾਹੀਦੇ ਆ ਸਾਨੂੰ ਤਾਂ ਜੋ ਜਿਹੜੀ ਸਾਡੀ ਇਹ ਗਰਮੀ ਦੀ ਤਪਸ਼ ਘਟੇ ਔਰ ਜਿਹੜੀ ਇਹ ਜਿੰਨੇ ਅਸੀਂ ਦਰਖਤ ਲਾਵਾਂਗੇ ਉੰਨੀ ਜਿਹੜੀ ਇਹ ਤਪਸ਼ ਘਟੇਗੀ। ਮੈਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਓ ਆਪਾਂ ਵਾਤਾਵਰਨ ਨੂੰ ਸਾਫ਼ ਰੱਖੀਏ ਅਤੇ ਆਪਾਂ ਇੱਥੇ ਜਿਹੜੀ ਵੱਧ ਤੋਂ ਵੱਧ ਦਰਖਤ ਲਾਈਏ। ਲੋਕ ਸਭਾ ਚੋਣਾਂ ਦਾ ਜਿੱਥੇ ਵਿਗਲ ਵੱਜ ਚੁੱਕਾ ਹੈ ਉੱਥੇ ਹੀ ਹਰ ਕੈਂਡੀਡੇਟ ਵੱਲੋਂ ਆਪਣੀ ਪੂਰੀ ਜੱਦੋਜਹਿਦ ਕੀਤੀ ਜਾ ਰਹੀ ਹੈ ਜਿਹਦੇ ਸੰਬੰਧ ਦੇ ਵਿੱਚ ਜੇ ਗੱਲ ਕਰ ਲਈਏ ਪੂਰਾ ਰੋਲ ਹੁੰਦਾ ਹੈ ਤਪਦੀ ਗਰਮੀ ਦੇ ਵਿੱਚ ਪੁਲ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲ ਪ੍ਰਸ਼ਾਸਨ ਦਾ ਜਿਹਦੇ ਸੰਬੰਧ ਦੇ ਵਿੱਚ ADCP ਟ੍ਰੈਫਿਕ ਹਰਪਾਲ ਸਿੰਘ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਸੁਨੇਹਾ ਦਿੱਤਾ ਗਿਆ ਲੋਕਾਂ ਨੂੰ ਕਿ ਪਹਿਲਾਂ ਆਪਣੇ ਵੋਟ ਦਾ ਜਿਹੜਾ ਇਸਤੇਮਾਲ ਹੈ ਉਹ ਜ਼ਰੂਰ ਕਰਨਾ ਚਾਹੀਦਾ, ਦੂਸਰਾ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਪੁਲ ਪ੍ਰਸ਼ਾਸਨ ਨੂੰ ਹਰ ਜਿਹੜੇ ਪੱਖੋਂ ਪ੍ਰਬੰਧ ਕੀਤੇ ਗਏ ਨੇ ਪਾਣੀ ਦੇ ਔਰ ਓਵਰਐਸ ਦੇ ਜਿਹੜੇ ਘੋਲ ਨੇ ਉਹ ਵੀ ਦਿੱਤੇ ਜਾਣੇ ਨੇ ਅਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਵੋਟ ਕੀਤੀ ਜਾਵੇ ਔਰ ਜਿਹੜੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਪੌਦੇ ਵੀ ਲਗਾਏ ਜਾਣ ਤਾਂ ਜੋ ਜਿਹੜਾ ਆਉਣ ਵਾਲਾ ਭਵਿੱਖ ਹੈ ਆਉਣ ਵਾਲੀ ਜਵਾਨੀ ਆ ਉਹਨੂੰ ਵੀ ਵਧੀਆ ਤਰੀਕੇ ਨਾਲ ਜਿਹੜਾ ਬਚਾਇਆ ਜਾ ਸਕੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਵੇ ਨਿਊਜ਼, ਅੰਮ੍ਰਿਤਸਰ। ਹਲਕਾ ਰਾਜਾਸਾਂਸੀ ਅਧੀਨ ਆਉਂਦੇ ਕਸਬਾ ਰਾਜਾਸਾਂਸੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਖੇ ਅਤੇ ਜ਼ਿਲ੍ਹਾ ਅਤੇ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਦੀ ਅਗਵਾਈ ਵਿੱਚ ਰਾਜਾਸਾਂਸੀ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਮੌਜੂਦ ਸਨ, ਜਿੱਥੇ ਦੁਕਾਨਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਵੀ ਦਿੱਤਾ ਗਿਆ। 1 ਤਰੀਕ ਨੂੰ ਇਲੈਕਸ਼ਨ ਆ, ਦਿਨ 4-5 ਰਹਿ ਗਏ ਆ। 1 ਤਰੀਕ ਨੂੰ 1 ਨੰਬਰ ਦੇ ਉੱਤੇ ਮਸ਼ੀਨ ਜਿਹੜੀ ਆ ਸਭ ਤੋਂ ਪਹਿਲਾਂ ਨੰਬਰ ਆਪਣਾ ਤੱਕੜੀ ਦਾ ਨਿਸ਼ਾਨ ਆ, ਨਾਂ ਲਿਖਿਆ, ਫੋਟੋ ਵੀ ਲੱਗੀ ਆ। ਗੁਰੂ ਮਹਾਰਾਜ ਨੇ 1 ਨੰਬਰ ਤੇ ਆਪਾਂ ਨੂੰ ਮਸ਼ੀਨ 'ਚ ਸਥਾਨ ਦੇ ਦਿੱਤਾ ਸਭ ਤੋਂ ਉੱਪਰ। ਹੁਣ ਸਾਧ ਸੰਗਤ ਤੁਸੀਂ ਹੱਲਾ ਮਾਰੋ,
ਤੇ ਵੋਟਾਂ 'ਚ ਇੱਕ ਨੰਬਰ 'ਤੇ ਲਿਆ ਕੇ ਸੇਵਾ ਬਖਸ਼ੋ। ਕਿਉਂਕਿ ਮੈਂ ਜੋ ਹਿਸਾਬ ਲਾਇਆ ਪਾਰਲੀਮੈਂਟ ਦਾ, ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਆ, 70 ਸਾਲ ਮੁਲਕ ਨੂੰ ਆਜ਼ਾਦ ਹੋਏ ਨੂੰ ਹੋ ਗਏ 70 ਸਾਲ। ਜਦੋਂ ਮੈਨੂੰ ਪੱਤਰਕਾਰ ਪੁੱਛਦੇ ਆ ਨਾ ਤੁਹਾਡਾ ਮੁਕਾਬਲਾ ਕਿਹਦੇ ਨਾਲ, ਤੇ ਮੈਂ ਸਬੈਕੀ ਇੱਕੋ ਹੀ ਗੱਲ ਕਹਿੰਦਾ ਵੀ ਜੇ ਕਿਸੇ ਨੇ ਫੁੱਟ ਬਾਈ ਫੁੱਟ ਦਾ ਇੱਕ ਟਾਇਲ ਹੁੰਦੀ ਨਾ ਜੀ ਬਾਥਰੂਮ 'ਚ ਲੱਗੀ ਫੁੱਟ ਬਾਈ ਫੁੱਟ ਦੀ, ਮੈਂ ਕਿਹਾ ਕੋਈ ਫੁੱਟ ਬਾਈ ਫੁੱਟ ਦਾ ਕੰਮ ਉਂਗਲ ਕਰਕੇ ਦਿਖਾ ਦੇ ਕਿ ਇਹ ਮੈਂ ਕੀਤਾ, ਉਹਦੇ ਨਾਲ ਮੇਰਾ ਮੁਕਾਬਲਾ। ਕਿਸੇ ਦਾ ਹਾਲੇ ਤੱਕ ਆਵਾਜ਼ ਨਹੀਂ ਆਈ। ਗੁਰੂ ਨਾਨਕ ਨਗਰ ਚਬਾਲ ਰੋਡ ਵਾਰਡ ਨੰਬਰ 70 ਵਿਖੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ, ਰਮਨ ਵੇਰਕਾ, ਅਮਨ ਵੇਰਕਾ ਵੀ ਮੌਜੂਦ ਸਨ। ਸੋ ਅੱਜ ਮੈਂ ਬੇਨਤੀ ਕਰਨ ਲਈ ਆਇਆ ਤੁਹਾਡੇ ਕੋਲ, ਸਾਡੀ ਕਾਂਗਰਸ ਹਾਈ ਕਮਾਨ ਨੇ ਤੀਸਰੀ ਟਰਮ, ਜਿਹੜੀ ਤੀਸਰੀ ਟਰਮ ਹੋ ਗਈ, ਦੁਬਾਰਾ ਤੁਸੀਂ ਪਹਿਲੋਂ ਐਮ ਪੀ ਬਣਾ ਕੇ ਭੇਜ ਚੁੱਕੇ ਹੋ ਸਰਦਾਰ ਜਗਜੀਤ ਸਿੰਘ ਔਜਲਾ ਜੀ ਨੂੰ, ਤੀਜੀ ਵਾਰ ਟਿਕਟ ਦੇ ਕੇ ਤੁਹਾਡੀ ਸੇਵਾ ਲਈ ਫਿਰ ਉਹਨਾਂ ਭੇਜਿਆ। ਸੋ ਮੈਂ ਉਹਦੇ ਲਈ ਬੇਨਤੀ ਕਰਨ ਆਇਆ ਕਿ ਗੁਰਜੀਤ ਸਿੰਘ ਔਜਲਾ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਅੱਗੇ ਬੜੀ ਸੇਵਾ ਕੀਤੀ ਹੈ, ਹਿੰਦੁਸਤਾਨ ਦੀ ਪਾਰਲੀਮੈਂਟ 'ਚ ਇਸ ਵਾਰਡ ਦੇ ਏਰੀਏ ਦਾ, ਅੰਮ੍ਰਿਤਸਰ ਸ਼ਹਿਰ ਦਾ ਜੋ ਵੀ ਮੁਸ਼ਕਲਾਂ ਸਨ ਉਹਦੇ ਉੱਥੇ ਆਵਾਜ਼ ਜਿਹੜੀ ਹੈ ਉਠਾਈ ਹੈ। ਸੋ ਓਪੋਜੀਸ਼ਨ 'ਚ ਰਹਿੰਦਾ ਬੰਦਾ ਖਾਲੀ ਕਰ ਸਕਦਾ ਜਿਹੜਾ ਇਨਸਾਨ ਪਾਰਲੀਮੈਂਟ ਜਾ ਕੇ ਆਪਣੀਆਂ ਤਕਲੀਫਾਂ ਆਪਣੀਆਂ ਮੁਸ਼ਕਲਾਂ ਰੱਖਦਾ, ਉਹਦੇ ਲਈ ਲੜਾਈ ਲੜਦਾ, ਮੈਂ ਸਮਝਦਾ ਉਹ ਤੋਂ ਵੱਡੀ ਗੱਲ ਵੀ ਕੋਈ ਨਹੀਂ। ਸੋ ਇਸ ਕਰਕੇ ਮੇਰੀ ਬੇਨਤੀ ਕਬੂਲ ਕਰਿਓ, ਜਗਜੀਤ ਸਿੰਘ ਔਜਲਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਹੱਕ ਕਬੂਲ ਕਰਿਓ। ਸੋ ਤੁਸੀਂ ਅੱਗੇ ਵੀ ਔਜਲਾ ਸਾਹਿਬ ਨੂੰ ਵੋਟਾਂ ਪਾਈਆਂ, ਅੱਗੇ ਵੀ ਤੁਸੀਂ ਹਮੇਸ਼ਾ ਇਸ ਇਲਾਕੇ 'ਚ ਬਹੁਤ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਲੀਡ ਤੋਂ ਜਿਤਾ ਕੇ ਭੇਜਦੇ ਹੋ, ਪਰ ਮੈਂ ਸਮਝਦਾ ਕਿ ਪਿਛਲੀ 2022 ਦੀ ਇਲੈਕਸ਼ਨਾਂ 'ਚ ਤੁਹਾਡੇ ਕੋਲੋਂ ਇੱਕ ਜਿਹੜੀ ਹਨੇਰੀ ਆਈ ਸੀ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੀ, ਤੁਹਾਡੇ ਸਾਰੇ ਕੋਲ ਕਿਸੇ ਰਲ ਮਿਲ ਕੇ ਕੋਈ ਗਲਤੀ ਜਿਹੜੀ ਹੋਈ ਹੈ, ਅੱਜ ਸਾਰੇ ਬੜੀ ਵੱਡੀ ਪੂਰੇ ਪੰਜਾਬ ਦੀ ਸਾਰੀ ਦੁਨੀਆ ਤਰ੍ਹਾਂ ਤਰ੍ਹਾਂ ਮੱਚੀ ਹੋਈ ਹੈ, ਲੋਕੀ ਪਛਤਾਉਂਦੇ। ਮਜੀਠਾ ਕਸਬਾ ਨੇੜੇ ਪਿੰਡ ਨਾਗ ਕਲਾਂ ਦੇ 20 ਸਾਲਾਂ ਐਸੀ ਸਮਾਜ ਦੇ ਨੌਜਵਾਨ ਜਿਸ ਦੀ ਬੀਤੇ ਦਿਨੀ ਨਸ਼ੇ ਕਾਰਨ ਮੌਤ ਹੋ ਗਈ ਸੀ, ਦੇ ਪਿਤਾ ਮਨਜੀਤ ਸਿੰਘ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਉਕਤ ਐਸੀ ਭਾਈਚਾਰੇ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਕੋਈ ਗੱਲ ਨਹੀਂ ਜੀ, ਬੱਚੇ ਨੇ 6 ਮਹੀਨੇ ਤੋਂ ਬੰਬੇ ਤੋਂ ਆਇਆ ਸੀ ਤੇ ਉੱਥੇ ਮੈਟਰੋ ਲਾਈਨ ਦਾ ਕੰਮ ਕਰਦੇ ਸੀ, ਤੇ ਕੋਈ ਪ੍ਰੋਬਲਮ ਨਹੀਂ ਸੀ, ਇਹੋ ਜਿਹੀ ਇੱਥੇ ਆ ਕੇ ਇਹੋ ਜਿਹੀ ਸੰਗਤ ਦੇ ਵਿੱਚ ਵੜਿਆ ਕਿ ਨਸ਼ਿਆਂ ਨੇ ਗੁਲਟਾਨ ਕਰ ਦਿੱਤਾ, ਜਿਹਦੀ ਕਿ 11 ਨੂੰ ਮੌਤ ਹੋ ਗਈ ਆ। ਬਹੁਤ ਜ਼ਿਆਦਾ ਨਸ਼ਾ ਪਿੰਡ ਵਿੱਚ, ਘੱਟੋ ਘੱਟ ਮੇਰੇ ਪਿੰਡ ਵਿੱਚ ਹੀ 25-30 ਡੀਲਰ ਹੈਗੇ ਜਿਹੜੇ ਵੇਚਦੇ ਆ। ਦੇਖੋ, ਮੈਂ ਬਹੁਤ ਕਲੀਅਰ ਨਸ਼ਿਆਂ ਦੇ ਬਾਰੇ ਗੱਲ ਕੀਤੀ ਆ ਕਿ ਆਪਾਂ ਅੰਮ੍ਰਿਤਸਰ ਨਸ਼ਾ ਮੁਕਤ ਬਣਾਉਣਾ ਆ। ਉਹਦੇ 'ਚ ਲੋ ਐਂਡ ਆਰਡਰ ਵਾਲੀ ਵੀ ਗੱਲ ਹੈ ਕਿ ਜਿਹੜੇ ਆਪਣੇ ਆਪ ਨੂੰ ਵੱਡੇ ਬਦਮਾਸ਼ ਸਮਝਦੇ ਨੇ ਅਤੇ ਇਹਦਾ ਵਪਾਰ ਕਰਦੇ ਨੇ ਅਤੇ ਬਦਮਾਸ਼ੀਆਂ ਕਰਦੇ ਨੇ, ਆਪਣੇ ਆਪ ਨੂੰ ਬਹੁਤ ਤਕੜੇ ਬਦਮਾਸ਼ ਸਮਝਦੇ ਨੇ ਅਤੇ ਆਹ ਨਸ਼ਿਆਂ ਦਾ ਵਪਾਰ ਕਰਦੇ ਆ। ਆਪਾਂ ਕੇਂਦਰ ਏਜੰਸੀ ਤੋਂ ਇਹਦੀ ਛਾਣਬੀਨ ਕਰਵਾ ਕੇ ਇਹਨਾਂ ਨੂੰ ਅੰਦਰ ਕਰਵਾਵਾਂਗੇ, ਲੇਕਿਨ ਉਹ ਤੋਂ ਅੱਗੇ
ਰੀਹੈਬਲੀਟੇਸ਼ਨ ਸੈਂਟਰ ਵੀ ਆਪਾਂ ਸਭ ਤੋਂ ਦੁਨੀਆ ਦਾ ਵਧੀਆ ਅੰਮ੍ਰਿਤਸਰ ਬਣਾਵਾਂਗੇ। ਅਤੇ ਜਿਹੜੀਆਂ ਦਵਾਈਆਂ ਮੈਨੂੰ ਪਤਾ ਅਮਰੀਕਾ 'ਚ ਦੋ ਦਵਾਈਆਂ ਸਕਸੈਸਫੁਲ ਨੇ, ਇੱਕ ਨੱਕ ਦੇ ਡਰੋਪਸ ਅਤੇ ਇੱਕ ਟੀਕੇ, ਉਹ ਦੋਵੇਂ ਅਸੀਂ ਮੁਫਤ ਆਪਣੇ ਇਲਾਕੇ 'ਚ ਵਿਕਵਾਵਾਂਗੇ, ਮਤਲਬ ਫਰੀ ਦੇਵਾਂਗੇ। ਬੱਚਿਆਂ ਨੂੰ ਸਹੀ ਦਵਾਈ ਦੇਣੀ ਚਾਹੀਦੀ ਕਿ ਉਹ ਠੀਕ ਹੋਣ, ਉਹ ਗਲਤ ਦਵਾਈ ਨਹੀਂ ਜਿਹੜੀ ਬਲੈਕ 'ਚ ਵੇਚਦੇ ਹੋ ਅਤੇ ਉਹਦੇ ਨਸ਼ਿਆਂ 'ਚ ਹੋਰ ਫਸਣ। ਥਾਣਾ ਮਜੀਠਾ ਰੋਡ ਦੇ ਖੇਤਰ ਵਿਖੇ ਐਡਵੋਕੇਟ ਦੇ ਮਾਮਲੇ ਬਾਰੇ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਵੱਲੋਂ ਜਾਣਕਾਰੀ ਦਿੱਤੀ ਗਈ। ਅੱਜ ਮਜੀਠਾ ਰੋਡ ਵਿਖੇ FIR ਨੰਬਰ 52 ਅੰਡਰ ਸੈਕਸ਼ਨ 307 341 427 IPC ਅਤੇ ਆਰਮ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਕੰਪਲੇਂਟੈਂਟ ਐਡਵੋਕੇਟ ਵਿਨੀਤ ਮਹਾਜਨ ਨੇ, ਜਿਨ੍ਹਾਂ ਨੇ ਦੱਸਿਆ ਵੀ ਅੱਜ ਉਹ ਸਵੇਰੇ ਆਪਣੇ ਉਹਨਾਂ ਦਾ ਹੋਟਲ ਆਪਣੀ ਵਾਈਫ ਦੇ ਨਾਲ ਬਟਾਲਾ ਰੋਡ 'ਤੇ ਗਏ ਸੀ। ਜਦੋਂ ਉੱਥੋਂ ਵਾਪਸ ਆ ਰਹੇ ਸੀ ਤਾਂ ਫੋਰੈਸਟ ਸਕੂਲ ਦੇ ਅੱਗੇ ਉਹਨਾਂ ਦੀ ਇਨੋਵਾ ਗੱਡੀ ਦੇ ਅੱਗੇ 2-wheeler 'ਤੇ ਦੋ ਮੁੰਡੇ ਆਏ, ਉਹਨਾਂ ਨੇ ਅੱਗੇ ਉਹਨਾਂ ਦੇ 2-wheeler ਰੋਕ ਕੇ ਅਤੇ ਉਹਨਾਂ 'ਤੇ ਫਾਇਰ ਕੀਤੇ। ਜਿਹੜੇ ਫਾਇਰ ਆ ਉਹਨਾਂ ਦੇ ਥੱਲੇ ਜਿਹੜੀ ਨੰਬਰ ਪਲੇਟ ਆ ਇੱਕ ਬੋਨਟ 'ਤੇ ਲੱਗਾ ਅਤੇ ਦੋ ਜਿਹੜਾ ਸਾਹਮਣੇ ਵਾਲਾ ਸ਼ੀਸ਼ਾ ਆ। ਔਰ ਜਦੋਂ ਇਨਫੋਰਮੇਸ਼ਨ ਦੇਣ 'ਤੇ ਇਮੀਡੀਏਟਲੀ ਜਿਹੜੇ SHO ਉੱਥੇ ਮੂਵ ਕੀਤੇ, ਬਾਅਦ ਵਿੱਚ ਮੈਂ ਖੁਦ ਉੱਥੇ ਗਿਆ ਔਰ ਸਾਡੀ ਪੂਰੀ ਟੀਮ ਜਿਹੜੇ ADCPCT 2 ਨੇ ਪ੍ਰਭਜੋਤ ਵਿਰਕ, ADCP ਕ੍ਰਾਈਮ ਨਵਜੋਤ ਸਿੰਘ ਨੇ ਔਰ ਸਾਡੀਆਂ CAE ਦੀਆਂ ਟੀਮਸ ਗਈਆਂ ਔਰ ਅਸੀਂ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਮੌਕੇ 'ਤੇ FSL ਟੀਮ ਨੂੰ ਬੁਲਾਇਆ ਗਿਆ ਔਰ ਉੱਥੇ ਮੌਕਾ 'ਤੇ ਗੱਡੀ ਐਗਜ਼ਾਮਿਨ ਕਰਕੇ ਉੱਥੋਂ ਜਿਹੜੇ ਖੋਲ ਆ ਉਹ ਲਏ ਗਏ ਔਰ ਉੱਥੇ ਸਰਾਊਂਡਿੰਗ ਕਾਫੀ CCTV ਕੈਮਰਾਜ਼ ਨੇ ਜਿਨ੍ਹਾਂ ਦੀ ਫੁਟੇਜ ਲਈ ਗਈ। ਸਾਡੀਆਂ ਟੀਮਸ ਹੁਣ ਵੀ ਕੰਮ ਕਰ ਰਹੀਆਂ ਨੇ ਔਰ CCTV ਫੁਟੇਜ ਤੋਂ ਵੀ ਕਈ ਚੀਜ਼ਾਂ ਦੀ ਕਲੈਰਿਟੀ ਹੁੰਦੀ ਆ ਔਰ ਅਲੱਗ ਅਲੱਗ ਅਸੀਂ ਟੈਕਨੀਕਲ ਐਂਗਲ ਵੀ ਦੇਖ ਰਹੇ ਹਾਂ ਔਰ ਜਿੰਨੀਆਂ ਜਿਹੜੇ ਉਹਨਾਂ ਦੇ ਜਿੱਥੋਂ ਵੀ ਉਹਨਾਂ ਦਾ ਰੂਟ ਬਣਦਾ ਉਹ ਸਾਰਾ ਥੋਰੋਲੀ ਚੈੱਕ ਕੀਤਾ ਜਾ ਰਿਹਾ ਹੈ। ਔਰ ਜਿਹੜੇ ਇਹ ਵਿਨੀਤ ਮਹਾਜਨ ਐਡਵੋਕੇਟ ਨੇ ਇਹਨਾਂ ਦਾ ਸਿਕਿਉਰਿਟੀ ਰਿਵਿਊ ਆਲਰੇਡੀ ਚੱਲ ਰਿਹਾ ਔਰ ਇਹਨਾਂ ਕੋਲ ਇੱਕ ਗਨਮੈਨ ਹੈਗਾ ਆ ਔਰ ਇਹਨਾਂ ਨੇ ਜਿਹੜੀ ਪਟੀਸ਼ਨ ਦਿੱਤੀ ਸੀ ਰਿਵਿਊ ਦੀ ਉੱਤੇ ਅਸੀਂ ਰਿਵਿਊ ਕਰ ਰਹੇ ਹਾਂ ਔਰ ਅਸੀਂ ਪੂਰੇ ਜਲਦੀ ਤੋਂ ਜਲਦੀ ਇਹਨੂੰ ਹਰ ਐਂਗਲ ਤੋਂ ਚੈੱਕ ਕਰਕੇ ਇਹਨੂੰ ਟ੍ਰੇਸ ਕਰਾਂਗੇ। ਆਬਾਦੀ ਰਸੂਲਪੁਰ ਕਲਰ ਹਲਕਾ ਪੂਰਬੀ ਵਿਖੇ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਚੋਣ ਰੈਲੀ ਕਰਵਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਰਹਿਨੁਮਾਈ ਹੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਵਿੱਚ ਭਾਰੀ ਇਕੱਠ ਕੀਤਾ ਗਿਆ। ਵਿਸ਼ੇਸ਼ ਤੌਰ 'ਤੇ ਜੁੜੇ ਇਕੱਠ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਸੰਬੋਧਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। 1 ਤਰੀਕ ਨੂੰ ਤੁਸੀਂ 1 ਨੰਬਰ ਦਾ ਬਟਨ ਜਿਹੜਾ ਉਹ ਤੱਕੜੀ ਦਾ ਦਬਾ ਕੇ ਅਸਲੀ ਬਦਲਾਵ ਜਿਹੜਾ ਚਾਹੀਦਾ ਤੁਹਾਨੂੰ ਉਹ ਲਿਆਉਣਾ, ਕਿਉਂਕਿ ਅੱਗੇ ਨਕਲੀ ਬਦਲਾਵ ਲਿਆਂਦਾ ਤੁਸੀਂ। ਨਕਲੀ ਬਦਲਾਵ ਵਾਲੇ ਜਿਹੜੇ ਆ ਉਹ ਆਪਾਂ ਵੇਖ ਲਏ ਆ। ਦਿੱਲੀ ਮਾਡਲ ਜਿਹੜਾ ਸੀ, ਕਿਉਂਕਿ ਆਪਾਂ ਦਿੱਲੀ ਵੇਖਣ ਹੀ ਨਹੀਂ ਗਏ ਵੀ ਦਿੱਲੀ ਕੀ ਆ, ਜੇ ਦਿੱਲੀ ਵੇਖ ਆਉਂਦੇ ਵੀ ਦਿੱਲੀ ਦਾ ਮਾਡਲ ਕੀ ਆ ਤੇ ਸ਼ਾਇਦ ਆਪਾਂ ਨਾ ਫਸਦੇ, ਪਰ ਆਪਾਂ ਫਸ ਗਏ ਦਿੱਲੀ ਮਾਡਲ ਦੇ ਚੱਕਰ 'ਚ। ਜੋ ਇਹਨਾਂ ਨੇ ਲਾਰੇ ਲੱਪੇ ਲਾਏ, ਹਜ਼ਾਰ ਹਜ਼ਾਰ ਬੀਬੀਆਂ ਨੂੰ ਘਰ ਘਰ ਸਰਕਾਰੀ ਨੌਕਰੀ,
10,000 ਰੁਪਏ ਬੇਰੁਜ਼ਗਾਰੀ ਭੱਤਾ, 55,000 ਰੁਪਏ ਸਗਨ ਸਕੀਮ, 2,500 ਪੈਨਸ਼ਨ, ਬਹੁਤ ਕੁਛ ਕਿਹਾ ਸੀ। ਜਿੰਨੇ ਸਬਜ਼ ਬਾਗ ਵਿਖਾਏ ਸੀ ਤੁਹਾਨੂੰ ਪਤਾ 2.5 ਸਾਲਾਂ ਚ ਐਕਸਪੋਜ਼ ਹੋ ਗਿਆ, ਪਰਦਾ ਫਾਸ਼ ਹੋ ਗਿਆ ਉਹਨਾਂ ਦਾ ਵੀ ਇਹ ਸਭ ਬਨਾਰਸੀ ਠੱਗ ਸੀ, ਇਹਨਾਂ ਨੇ ਆਪਣੀਆਂ ਵੋਟਾਂ ਠੱਗਣੀਆਂ ਸੀ, ਇਸ ਕਰਕੇ ਇਹਨਾਂ ਨੇ ਸਾਨੂੰ ਪ੍ਰਭਾਵ ਪਾਇਆ, ਝੂਠ ਬੋਲਿਆ, ਝੂਠ ਦਾ ਜਾਲ ਸਾਡੇ ਤੇ ਸੁੱਟ ਕੇ ਫਸਾ ਲਿਆ ਸਾਨੂੰ। ਹੁਣ 1 ਤਰੀਕ ਨੂੰ ਅਸਲੀ ਬਦਲਾਵ ਜਿਹੜਾ ਵਾ ਨਾ, ਇਸ ਕਰਕੇ ਮੈਂ ਕਹਿ ਰਿਹਾ ਕਿ ਮੇਰਾ ਮਾਡਲ ਕੋਈ ਨਾ ਗੁਜਰਾਤ ਦਾ ਮਾਡਲ ਹੈ ਨਾ ਦਿੱਲੀ ਦਾ ਮਾਡਲ ਹੈ, ਮੈਂ ਅੰਮ੍ਰਿਤਸਰ ਦਾ ਹੀ ਹਾਂ ਅਤੇ ਮੈਂ ਅੰਮ੍ਰਿਤਸਰ 'ਚ ਹੀ ਕੰਮ ਕੀਤਾ। ਹੁਣ ਇਹ ਬਾਜਵਾ ਸਾਹਿਬ ਇਹ ਗੱਲ ਕਹਿੰਦੇ ਪਏ ਸੀ ਮੈਨੂੰ ਕਿ ਅਸੀਂ ਕੱਲ੍ਹ ਡੋਰ ਟੂ ਡੋਰ ਗਏ ਸੀ ਅਤੇ ਜਿੱਥੇ ਜਾਂਦੇ ਸੀ ਆਉਂਦੇ ਅਸੀਂ ਪਹਿਲਾਂ ਹੀ ਜਾਣਦੇ ਅਸੀਂ ਤੁਹਾਨੂੰ ਹੀ ਵੋਟਾਂ ਪਾਉਣੀਆਂ। ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮਜੀਠਾ ਰੋਡ ਵਿਖੇ ਡੋਰ ਟੂ ਡੋਰ ਪ੍ਰਚਾਰ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਮਜੀਠਾ ਵਿਖੇ ਵੀ ਚੋਣ ਮੀਟਿੰਗ ਕੀਤੀ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵੀ ਮੌਜੂਦ ਸਨ। ਮਾਰਕੀਟ 'ਚ ਜੋ ਰਿਐਕਸ਼ਨ ਹੈ, ਲੋਕਾਂ ਦਾ ਪਿਆਰ, ਲੋਕਾਂ ਨੇ ਬਾਹਰ ਆ ਕੇ ਬੋਲਣਾ ਸਵਾਗਤ ਕੀਤਾ ਆ ਅਤੇ ਇਹ ਸਾਰਾ ਇਹੋ ਹੀ ਪੁਆਇੰਟ ਆਊਟ ਕਰ ਰਿਹਾ ਕਿ ਜਿਹੜਾ ਡਿਵੈਲਪਮੈਂਟ ਦਾ ਮੁੱਦਾ ਅਸੀਂ ਚੁੱਕਿਆ ਆ ਉਹ ਮਜੀਠੇ ਦੇ ਲੋਕਾਂ ਨੂੰ ਵੀ ਦਿਲ 'ਚ ਲੱਗ ਰਿਹਾ, ਇਸ ਕਰਕੇ ਬਾਹਰ ਆ ਕੇ ਸਪੋਰਟ। ਦੇਖੋ ਪੂਰੀ ਧੁੱਪ ਚੜ੍ਹੀ ਹੋਈ ਆ, ਗਰਮੀ ਆ, ਟੁੱਟ ਕੇ ਫਿਰ ਵੀ ਲੋਕ ਬਾਹਰ ਆਏ, ਰਿਸਪੋਂਸ ਵਧੀਆ, ਲੋਕਾਂ ਦੇ ਦਿਲ ਨੂੰ ਟੱਚ ਕਰ ਰਹੀ ਹੈ ਜਿਹੜੇ ਅਸੀਂ ਇਸ਼ੂਜ ਲੈ ਰਹੇ ਹਾਂ ਡਿਵੈਲਪਮੈਂਟ ਦੇ। ਅਤੇ ਮੈਨੂੰ ਐਤਕਾ ਲੱਗ ਰਿਹਾ ਕਿ ਇੱਕ ਹਨੇਰੀ ਚੱਲਣੀ ਸ਼ੁਰੂ ਹੋ ਗਈ ਆ ਅਤੇ ਆਪਾਂ ਇਸ ਇਲਾਕੇ ਦਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਕਰ। ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਤਾਇਨਾਤ ਕੀਤੇ ਗਏ ਵਿਸ਼ੇਸ਼ ਨਿਗਰਾਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਲੰਬੀ ਵਿਚਾਰ ਚਰਚਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਾਣ ਪਹਿਚਾਣ ਕਰਵਾਉਂਦੇ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਤੋਂ ਵਿਸ਼ੇਸ਼ ਨਿਗਰਾਨਾਂ ਨੂੰ ਜਾਣੂ ਕਰਵਾਇਆ, ਜਦਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਕੀਤੀ ਗਈ ਤਿਆਰੀ ਦੀ ਰਿਪੋਰਟ ਸਾਂਝੀ ਕੀਤੀ। ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਨਰਿੰਦਰ ਤੁੰਗ ਦੀ ਅਗਵਾਈ ਹੇ 88 ਫੁੱਟ ਰੋਡ ਵਿਖੇ ਕਾਂਗਰਸ ਪਾਰਟੀ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਕੌਂਸਲਰ ਮਮਤਾ ਦੱਤਾ, ਸਾਬਕਾ ਕੌਂਸਲਰ ਸੋਨੂ ਦੱਤਾ, ਬਾਬਰ ਔਜਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਵਰਕਰ ਹਾਜ਼ਰ ਸਨ। ਦੇਖੋ ਬਹੁਤ ਅੱਛਾ ਘਾਰਾ ਮਿਲ ਰਿਹਾ ਵਾ, ਪਰਮਾਤਮਾ ਮਿਹਰ ਰੱਖੇ, ਅਸੀਂ ਜਿੱਤਾਂਗੇ, ਵੱਡੀ ਲੀਡ ਦੇ ਨਾਲ ਅਸੀਂ ਜਿੱਤਾਂਗੇ ਔਰ ਲੋਕਾਂ ਦੇ ਵਿੱਚ ਇਹ ਮਨ ਬਣ ਗਿਆ ਵਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ। ਲੋਕਾਂ ਨੇ ਇਹ ਅਪੀਲ ਕਰ ਰਹੇ ਵੀ ਸੱਚ ਸੁਣੋ, ਸੱਚ ਚੁਣੋ। ਸੋ ਇੰਨੀਆਂ ਬੇਨਤੀਆਂ ਨੇ ਮੇਰੀਆਂ, ਕਾਂਗਰਸ ਪਾਰਟੀ ਨੂੰ ਵੋਟ ਪਾਓ, ਤੁਹਾਡੀ ਪਾਰਟੀ ਆ, ਹਮੇਸ਼ਾ ਅਜੀਬਾਂ ਦੀ ਗੱਲ ਕੀਤੀ ਹੈ, ਸੰਵਿਧਾਨ ਖਤਰੇ 'ਚ ਹੈ। ਮੈਂ ਸ਼ੁਰੂਆਤ ਕੀਤੀ ਸੀ ਕਿ ਇਹ ਇਲੈਕਸ਼ਨ ਸਾਰੀ ਦੁਨੀਆ ਦੇਖ ਰਹੀ ਹੈ ਕਿ ਹਿੰਦੁਸਤਾਨ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਯਕੀਨ ਦਵਾਇਆ ਕਿ ਅਸੀਂ 1 ਜੂਨ ਨੂੰ ਤਗੜਿਆਂ ਕੇ ਸਮੁੱਚਾ ਇਲਾਕਾ ਵਾਰਡ ਨੰਬਰ 14, 15, 16 ਸਾਰੇ ਇਲਾਕੇ ਨੇ ਯਕੀਨ ਦਵਾਇਆ ਕਿ ਗੁਰਜੀਤ ਸਿੰਘ ਔਜਲਾ ਨੂੰ ਤੀਜੀ ਵਾਰੀ ਇਸ ਹਲਕੇ ਤੋਂ ਨੌਰ ਤੋਂ ਜਿਤਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਪਹੁੰਚਾਵਾਂਗੇ। ਹਲਕਾ ਪੂਰਬੀ ਪ੍ਰੀਤ ਨਗਰ ਵੇਰਕਾ ਵਾਰਡ ਨੰਬਰ 19 ਵਿਖੇ
ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਰਹਿਨਮਾਈ ਹੇਠ ਆਯੋਜਿਤ ਚੋਣ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਸੰਬੋਧਨ ਕੀਤਾ ਅਤੇ ਭਵਿੱਖ ਵਿੱਚ ਆਉਣ ਵਾਲੇ ਅੰਮ੍ਰਿਤਸਰ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਵੋਟ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਤੁਹਾਡੀ ਕਚਹਿਰੀ ਜਾਏ ਆ ਤੁਹਾਡੇ ਸੇਵਾਦਾਰ, ਹਰ 5 ਸਾਲ ਬਾਅਦ ਆਪਾਂ ਕੋਈ ਨਾ ਕੋਈ ਇਲੈਕਸ਼ਨ ਫੇਸ ਕਰਦੇ ਆ, ਹਰ 5 ਸਾਲਾਂ ਬਾਅਦ ਕੌਂਸਲਰ ਚੁਣਦੇ ਆ, MLA ਚੁਣਦੇ ਆ, ਮੈਂਬਰ ਪਾਰਲੀਮੈਂਟ ਚੁਣਦੇ ਆ। ਹੁਣ ਤੁਹਾਨੂੰ ਪਤਾ ਪਾਰਲੀਮੈਂਟ ਦੀ ਇਲੈਕਸ਼ਨ ਹੈ, ਤੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਮੇਨ 4 ਕੈਂਡੀਡੇਟ ਆ ਇਸ ਵੇਲੇ। ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ ਵਿਖੇ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਨੀਲ ਦੇਵਗਨ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਈ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਸਾਨੂੰ ਰੋਜ਼ਗਾਰ, ਇਹ ਬੱਚਿਆਂ ਨੂੰ ਜਿਹੜੇ ਨਸ਼ਿਆਂ ਤੋਂ ਬਚ ਜਾਂਦੇ ਨੇ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਜ਼ਰੂਰਤ ਹੈ, ਅਤੇ ਅਸੀਂ ਉਹਦੇ 'ਚ ਸਟਾਰਟਅਪ ਵੱਲ ਪੈਸੇ ਲੈ ਕੇ ਆਏ ਹਾਂ, ਅਤੇ ਉਹ ਪੈਸੇ ਬੱਚਿਆਂ ਨੂੰ ਦੇ ਕੇ ਕਈ ਕਈ ਚੀਜ਼ਾਂ 'ਚ, ਟੂਰਿਜ਼ਮ 'ਚ, ਹੈਲਥ 'ਚ, ਆਪਣਾ IT 'ਚ, ਬਹੁਤ ਚੀਜ਼ਾਂ ਜਿੱਥੇ ਵੀ ਸਟਾਰਟਅਪ ਖੋਲ੍ਹਣਾ ਚਾਹੁੰਦੇ ਆ ਡਟ ਕੇ ਮਦਦ ਕਰਾਂਗੇ, ਲੋਨ ਨਹੀਂ ਹੈ। ਆਗਾਮੀ ਲੋਕ ਸਭਾ ਚੋਣਾਂ ਵਿੱਚ ਹੁਣ ਤੁਹਾਨੂੰ ਸੁਪਰ ਮਾਡਲ ਪੋਲਿੰਗ ਬੂਥ ਵੀ ਦੇਖਣ ਨੂੰ ਮਿਲਣਗੇ। ਇਹਨਾਂ ਬੂਥਾਂ 'ਤੇ ਪੋਲਿੰਗ ਵਾਲੇ ਦਿਨ ਵੋਟ ਪਾਉਣ ਆਏ ਹਰ ਵੋਟਰ ਨੂੰ ਆਮ ਬੂਥਾਂ ਤੋਂ ਇਲਾਵਾ ਕਈ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਇਸ ਨਵੇਕਲੀ ਕੋਸ਼ਿਸ਼ ਬਾਰੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ ਨੇ ਜਾਣਕਾਰੀ ਦਿੱਤੀ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬੌਕਸ ਚੁੱਕ ਕੇ ਦੂਸਰੀ ਕੰਪਨੀ ਦੇ ਬੌਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬੌਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਹਲਕਾ ਰਾਜਾ ਸਾਂਸੀ ਪਿੰਡ ਚੌਗਾਵਾਂ 'ਚ ਸਰਪੰਚ ਜਤਿੰਦਰ ਸਿੰਘ ਕਾਲਾ ਵੱਲੋਂ ਹਲਕਾ ਇੰਚਾਰਜ ਵੀਰ ਸਿੰਘ ਲੋਪੋਕੇ ਦੀ ਰਹਿਨੁਮਾਈ ਹੇਠ ਪਿੰਡ ਚੌਗਾਵਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਵਿੱਚ ਭਾਰੀ ਇਕੱਠ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਣਾ ਰਣਬੀਰ ਸਿੰਘ ਲੋਪੋਕੇ, ਰਾਜਵਿੰਦਰ ਸਿੰਘ ਰਾਜਾਲਦੇ, ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਪਿੱਟੇਵਟ ਸਮੇਤ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਫਿਰੌਤੀ ਨੂੰ ਨਾਕਾਮ ਕਰਦਿਆਂ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਬੰਗਲਾ ਕਲੋਨੀ ਵਾਰਡ ਨੰਬਰ 68 ਵਿਖੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ,
ਸ਼ੋਭਿਤ ਬੱਬਰ, ਸਲੀਮ ਸ਼ਾਹ, ਤਾਹਿਰ ਸ਼ਾਹ, ਪਰਮਜੀਤ ਚੋਪੜਾ, ਰਮਨ ਵਿਰਕ, ਅਮਨ ਵੇਰਕਾ ਵੀ ਮੌਜੂਦ ਸਨ। ਖਾਸ ਕਰਕੇ ਮੈਂ ਜੇ ਹੁਣ ਇੱਥੇ ਬੈਠੇ ਮੰਗਲਾ ਕਲੋਨੀ ਸਾਡੀ ਇਸ ਬੋਰਡ ਦੇ ਨਾਲ ਜਿੱਥੇ ਕਾਂਗਰਸ ਦੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਨੇ ਮੰਨਿਆ, ਉੱਥੋਂ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਨੇ ਵੀ ਪ੍ਰਧਾਨ ਮੰਤਰੀ ਬਣਨਾ, ਉਹ ਸਾਡੀ ਇੱਕ ਇੱਕ ਬੋਰਡ ਦਾ। ਔਰ ਜਿਹੜੀ ਗੱਲ ਕਾਂਗਰਸ ਪਾਰਟੀ ਦੀ ਗੱਲ ਕਰਾਂਗੇ, ਕਾਂਗਰਸ ਪਾਰਟੀ ਨੇ ਜਦੋਂ ਵੀ ਕੋਈ ਵਾਅਦਾ ਕੀਤਾ ਪੂਰਾ ਕੀਤਾ ਸਾਡੇ ਸਾਰੇ ਦੇ ਸਾਹਮਣੇ। ਆਹ ਰਾਹੁਲ ਗਾਂਧੀ ਜੀ ਨੇ ਔਰ ਸਾਡੀ ਜਿਹੜੀ ਸਾਡੀ ਮੈਨੀਫੈਸਟੋ ਹੈ ਉਹਦੇ 'ਤੇ ਅਸੀਂ ਵਾਅਦਾ ਕੀਤਾ ਹੈ, ਹਰ ਘਰ 'ਚ ਅਸੀਂ ਸਾਲ ਦਾ 1 ਲੱਖ ਰੁਪਇਆ ਦੇਵਾਂਗੇ, ਸਾਡੀਆਂ ਮਾਵਾਂ ਪੈਦਾ ਨੂੰ ਦੇਵਾਂਗੇ 1 ਲੱਖ। ਸਾਡਾ ਦੇਸ਼ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ ਇਕੱਠ ਹੈ। ਕਈ ਧਰਮਾਂ ਨੂੰ ਮੰਨਣ ਵਾਲੇ ਲੋਕ ਆਪਣੇ ਢੰਗ ਨਾਲ ਪੂਜਾ ਪਾਠ ਕਰਵਾਉਂਦੇ ਹਨ ਅਤੇ ਕਰਦੇ ਹਨ। ਹਿੰਦੂ ਧਰਮ ਵਿੱਚ ਖਾਸ ਦਿਨਾਂ 'ਤੇ ਹਵਨ ਜਾਂ ਪੂਜਾ ਦੇ ਹੋਰ ਤਰੀਕਿਆਂ ਨਾਲ ਭਗਵਾਨ ਨੂੰ ਯਾਦ ਕੀਤਾ ਜਾਂਦਾ ਹੈ। ਮੰਦਿਰ ਜਾਂ ਘਰ ਵਿੱਚ ਪੂਜਾ ਤੋਂ ਬਾਅਦ ਵਰਤੀ ਗਈ ਸਮੱਗਰੀ ਨੂੰ ਜਲ ਪ੍ਰਵਾਹ ਕਰਵਾਇਆ ਜਾਂਦਾ ਹੈ ਤਾਂ ਜੋ ਸਮੱਗਰੀ ਕਿਤੇ ਹੋਰ ਨਾ ਰੱਖੀ ਜਾਵੇ। ਅੰਮ੍ਰਿਤਸਰ ਦੇ ਤਾਰਾਂਵਾਲਾ ਪੁਲ ਤੋਂ ਵਗਦੀ ਨਹਿਰ ਵਿੱਚ ਸ਼ਹਿਰ ਵਾਸੀ ਅਕਸਰ ਪੂਜਾ ਸਮੱਗਰੀ ਜਲ ਵਿਸਰਜਿਤ ਕਰਦੇ ਨਜ਼ਰ ਆਉਂਦੇ ਹਨ। ਨਹਿਰ ਵਿੱਚ ਵਗਦਾ ਪਾਣੀ ਉਹਨਾਂ ਦੀ ਆਸਥਾ ਨੂੰ ਪੂਰਾ ਕਰਦਾ, ਪਰ ਜਦੋਂ ਨਹਿਰ ਸੁੱਕੀ ਹੁੰਦੀ ਹੈ ਤਾਂ ਉਹੀ ਆਸਥਾ ਇੱਕ ਕੂੜੇ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਵੇਖਣ ਵਿੱਚ ਆਇਆ ਕਿ ਨਹਿਰ ਵਿੱਚ ਪਾਣੀ ਨਹੀਂ ਸੀ ਅਤੇ ਪੂਜਾ ਸਮੱਗਰੀ ਸਾਫ਼ ਨਜ਼ਰ ਆ ਰਹੀ ਸੀ, ਜਿਸ ਨੂੰ ਵੇਖ ਕੇ ਮਨ ਦੁਖਦਾ ਹੈ। ਸੰਬੰਧਿਤ ਵਿਭਾਗ ਤੋਂ ਅਸੀਂ ਮੰਗ ਰੱਖਣਾ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਸ ਨਹਿਰ ਵਿੱਚ ਪਾਣੀ ਛੱਡ ਦਿੱਤਾ ਜਾਵੇ ਤਾਂ ਜੋ ਦਿਖਾਈ ਦੇ ਰਹੀ ਸਮੱਗਰੀ ਨਜ਼ਰ ਨਾ ਆਵੇ, ਅਤੇ ਲੋਕਾਂ ਤੋਂ ਮੰਗ ਰੱਖਦੇ ਹਾਂ ਕਿ ਪੂਜਾ ਤੋਂ ਬਾਅਦ ਸਮੱਗਰੀ ਦੇ ਨਿਪਟਾਉਣ ਲਈ ਹੋਰ ਕੋਈ ਤਰੀਕਾ ਇਸਤੇਮਾਲ ਕਰਨ। ਆਪਾਂ ਰਿੰਕੂ ਹਾਂ ਜੀ, ਆਪਾਂ ਇੱਥੇ ਜਵਾਹਰ ਨਗਰ ਰਹਿੰਦੇ ਹਾਂ ਜਨਾਬ। ਵੇਖਣ ਨੂੰ ਕੀ ਮਿਲਦਾ ਜਨਾਬ, ਇਹ ਨਹਿਰ ਜਦੋਂ ਦੀ ਸੁੱਕੀ ਹੈ ਲੋਕਾਂ ਨੇ ਕੂੜਾ ਬਣਾ ਦਿੱਤਾ ਹੈ, ਜਿੱਦਾਂ ਨਾਲਾ ਬਣ ਜਾਂਦਾ, ਠੀਕ ਹੈ ਜੀ। ਆਪਾਂ ਇੱਥੇ ਸਫਾਈ ਮਤਲਬ ਕਿ ਕਰੀ ਦੀ ਹੈ ਸਾਈ, ਠੀਕ ਹੈ ਜੀ। ਕਿਸੇ ਨੂੰ ਜੇ ਕਹੀਏ ਕਿ ਕੋਈ ਚਾਹ ਪਾਣੀ ਸੇਵਾ, ਅਗਲੇ ਕਹਿੰਦੇ ਤਾਂ ਤੁਸੀਂ ਠੇਕਾ ਲਿਆ ਨਹਿਰ ਦਾ ਜੀ, ਕਿਉਂ ਆਪਾਂ ਸਫਾਈ ਸੇਵਾਦਾਰ ਹਾਂ। ਇਸ ਕਰਕੇ ਆਪਾਂ ਕਹੀਦਾ ਜਨਾਬ ਕਿ ਕੋਈ ਚਾਹ ਪਾਣੀ ਜੇ ਆਪਾਂ ਸਾਰੀ ਦਿਹਾੜੀ ਇੱਥੇ ਰਹਿੰਦੇ ਤਾਂ ਕਰਕੇ, ਜੇ ਕੋਈ ਦਵੇ ਠੀਕ ਹੈ, ਨਹੀਂ ਤਾਂ ਆਖੀ ਦਾ ਭਲਾ ਹੋਵੇ, ਕੋਈ ਗੱਲ ਨਹੀਂ, ਠੀਕ ਹੈ ਜੀ। ਮਹਾਰਾਜ ਦੀਆਂ ਫੋਟੋਆਂ ਲੋਕ ਇੱਦਾਂ ਸੁੱਟ ਜਾਂਦੇ ਨੇ ਕਿ ਜਿਸ ਤਰ੍ਹਾਂ ਨਾਲਾ ਹੁੰਦਾ ਜਨਾਬ। ਇਹੋ ਹੀ ਆਪਾਂ ਕਹਿੰਦੇ ਕਿ ਕੋਈ ਵੀ ਆਵੇ ਜਲ ਪ੍ਰਵਾਹ ਚੀਜ਼ ਕਰੇ, ਲੇਕਿਨ ਮਹਾਰਾਜ ਦੀਆਂ ਫੋਟੋਆਂ ਨਾ ਸੁੱਟੋ ਜਨਾਬ। ਲਿਫਾਫੇ ਜਿਹੜੇ ਪਲਟੀ ਕਰਕੇ ਸਾਈਡ 'ਤੇ ਸੁੱਟ ਦਿਆ ਕਰੋ, ਅਸੀਂ ਆਪੇ ਜਲਾ ਕੇ ਰਾਖ ਕਰਕੇ ਰਾਖ ਵੇ ਸੁੱਟ ਦੀ ਦੀ ਆ, ਅਤੇ ਸਹੀ ਤਰ੍ਹਾਂ ਜਲ ਪ੍ਰਵਾਹ ਹੋ ਜਾਵੇ। ਇਹੋ ਹੀ ਹੋਣਾ ਚਾਹੀਦਾ ਜਨਾਬ ਕਿ ਕੋਈ ਵੀ ਜਲ ਪ੍ਰਵਾਹ ਚੀਜ਼ ਕਰਨੀ ਹੈ, ਜਿਹੜੇ ਹਾਰ ਆ ਉਹ ਕਰੋ, ਜਿਹੜੀਆਂ ਲੱਕੜ ਦੀਆਂ ਫੋਟੋਆਂ ਨੇ ਉਹ ਨਹੀਂ ਕਰਨੀਆਂ, ਉਹ ਸਾਈਡ 'ਤੇ ਰੱਖ ਦਿਓ, ਅਸੀਂ ਆਪੇ ਜਲਾ ਦਿਆ ਕਰਾਂਗੇ। ਉਹਦੇ ਨਾਲ ਕੀ ਹੁੰਦਾ? ਉਹਨਾਂ ਨਾਲ ਜਨਾਬ ਤੈਰਦੀਆਂ ਜਦੋਂ ਪਾਣੀ ਵੀ ਆਉਂਦਾ ਨਾ, ਤੈਰਦੀਆਂ ਲੱਗ ਕੇ ਸਾਈਡ ਨੂੰ ਲੱਗ ਜਾਂਦੀਆਂ, ਮੁੜ ਕੇ ਪੈਰਾਂ 'ਚ ਆਉਂਦੀਆਂ ਜਨਾਬ, ਠੀਕ ਹੈ ਜੀ। ਗਲਦੀਆਂ ਨਹੀਂ ਆ ਉਹਨਾਂ, ਮੁੜ ਕੇ ਬੋ ਪੈਂਦੀ ਹੈ, ਜਿੱਦਾਂ ਨਾਲਾ ਬਣ ਜਾਂਦਾ, ਨਾਲੇ ਵਾਲਾ ਹਿਸਾਬ ਹੋ ਜਾਂਦਾ। ਆਹ ਵੇਖੋ ਕੀ ਬਣਿਆ ਪ੍ਰਦੂਸ਼ਣ, ਇਹੋ ਹੀ ਹਾਲਾਤ ਹੈ ਜਨਾਬ। ਪਾਣੀ ਨਹੀਂ ਛੱਡ ਰਹੇ, ਨਾਲੇ ਵਾਲਾ ਹਾਲਾਤ ਬਣਿਆ ਹੋਇਆ। ਸਫਾਈ ਜੇ ਦੇ ਮਹਾਰਾਜ ਨੂੰ ਕਹਿ ਕੇ ਇਹਨਾਂ ਨੂੰ ਸਾਰਿਆਂ ਨੂੰ ਸਫਾਈ ਸੇਵਾਦਾਰ ਨੂੰ ਕਿ ਸਫਾਈ ਕੀਤੀ ਜਾਵੇ ਨਹਿਰ ਦੀ, ਅਸੀਂ ਇਹੋ ਕਹਿੰਦੇ ਹਾਂ ਕਿ ਜੋ ਵੀ ਕੋਈ ਆਵੇ ਲਿਫਾਫਾ ਪਲਟੀ ਕਰਕੇ ਲਿਫਾਫੇ ਸਾਈਡ 'ਤੇ ਸੁੱਟ ਦਿਆ ਕਰੋ, ਅਸੀਂ ਉਹਨਾਂ ਨੂੰ ਮੁੜ ਕੇ ਜਲਾ ਦਿਆ ਕਰੀਏ, ਜਿਹੜੇ ਲਿਫਾਫੇ ਭਾਈ ਉਹ ਗਲਦੇ ਨਹੀਂ ਜੇ ਪਾਣੀ ਵੀ ਹੋਵੇ। ਉਹਦੇ ਬਾਰੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਨਾਬ ਇੱਥੇ ਬੋਰਡ ਲਿਖ ਕੇ ਲਾਇਆ ਜਾਵੇ ਕਿ ਇਹਨਾਂ ਨੂੰ ਜਿਹੜਾ ਕੋਈ ਨਹੀਂ ਹਟਦਾ ਸਾਡੇ ਨਾਲ ਜਿੱਦਾਂ ਲੜਦੇ ਨੇ, ਉਹਨਾਂ ਨੂੰ 5,000 ਰੁਪਇਆ ਜੁਰਮਾਨਾ ਠੋਕਿਆ ਜਾਵੇ। ਇਹਨਾਂ ਨੂੰ ਪਤਾ ਲੱਗੇ ਕਿ ਪਣਤਾ ਮਗਰ ਲੱਗ ਕੇ ਕਿੱਦਾਂ ਲਿਫਾਫੇ ਜਾਂ ਕੋਈ ਪ੍ਰਦੂਸ਼ਣ ਵਾਲੀ ਚੀਜ਼ ਵਿੱਚ ਸੁੱਟੀ ਜਾਂਦੀ ਆ, ਜਿਹੜੇ ਪਲਾਸਟਿਕ ਦੀਆਂ ਚੀਜ਼ਾਂ ਸੁੱਟ ਜਾਂਦੇ, ਬੋਤਲਾਂ ਸੁੱਟ ਜਾਂਦੇ ਨੇ, ਲਿਫਾਫੇ ਸੁੱਟ ਜਾਂਦੇ ਨੇ, ਜਾਂ ਕੋਈ ਪਣਤਾ ਮਗਰ ਲੱਗ ਕੇ ਕਿੱਲ ਕਈ ਕੋ ਮਾਰਾ ਇੱਥੇ ਸੁੱਟ ਜਾਂਦੇ ਨੇ। ਅਸੀਂ ਇਸ ਵਿੱਚ ਖੜ੍ਹੇ ਹਾਂ ਤਾਰਾਂਵਾਲਾ ਪੁਲ ਦੇ ਇੱਕ ਪੋਰਸ਼ਨ ਦੇ ਵਿੱਚ, ਜਿੱਥੋਂ ਥੱਲਿਓਂ ਨਹਿਰ ਜਿਹੜਾ ਪਾਣੀ ਸੀਗਾ ਉਹ ਨਿਕਲਦਾ ਸੀ। ਇਸ ਵੇਲੇ ਪਾਣੀ ਰੁਕਿਆ ਹੋਇਆ ਔਰ ਅਸੀਂ ਵੇਖਦੇ ਪਏ ਕਿ ਵਿਊ ਕਿੰਨਾ ਗੰਦਾ ਹੋਇਆ ਹੋਇਆ, ਕਿਉਂਕਿ ਜੋ ਕਿ ਆਸਥਾ ਦੀ ਚੀਜ਼ਾਂ ਅਸੀਂ ਇਹਦੇ 'ਚ ਸੁੱਟਦੇ ਹਾਂ ਜਲ ਪ੍ਰਵਾਹ ਵਾਸਤੇ, ਉਹ ਇੱਕ ਸਾਈਡ ਦੇ ਉੱਤੇ ਰੁਕੀਆਂ ਹੋਈਆਂ ਹਨ। ਵੇਦ ਵੀ ਉਹਨਾਂ ਦੀ ਵੀ ਹੁੰਦੀ ਪਈ ਹੈ ਔਰ ਰੱਬ ਦਾ ਕੀ ਹੈ ਰੂਪ ਹੈ ਕਿ ਅਸੀਂ ਉਹਨੂੰ ਇਸ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ।
ਪੂਜਾ ਵਗੈਰਾ ਹੋਣੀ ਚਾਹੀਦੀ, ਜਿਵੇਂ ਕਿ ਤੁਸੀਂ ਇੱਕ ਬੰਦੇ ਨੂੰ ਸੁਣਿਆ ਇੱਥੇ ਸੇਵਾਦਾਰ ਨੂੰ, ਕਿ ਉਸ ਤੋਂ ਬਾਅਦ ਜਿਹੜਾ ਸਮੱਗਰੀ ਹੈਗੀ ਆ ਉਹਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਜਾਵੇ, ਤਾਂ ਕਿ ਇਹ ਲੋਕ ਜੋ ਸੇਵਾਦਾਰ ਇੱਥੇ ਹੈਗੇ ਨੇ ਉਹ ਆਪਣੇ ਆਪ ਉਹਦਾ ਜਲ ਪ੍ਰਵਾਹ ਕਰਨਗੇ ਆਪਣੇ ਤਰੀਕੇ ਨਾਲ। ਨੁਕਸਾਨ ਹੁੰਦਾ ਹੈ, ਦੁੱਖ ਹੁੰਦਾ ਹੈ, ਔਰ ਜਗ੍ਹਾ ਜਿਹੜੀ ਹੈ ਖਰਾਬ ਹੁੰਦੀ ਹੈ ਉਹ ਅੱਡ, ਕਿਉਂਕਿ ਨਾਲ ਹੀ ਇੱਕ ਪਿਕਨਿਕ ਸਪੋਟ ਨਵਾਂ ਬਣਾਇਆ ਇਹਨਾਂ ਨੇ, ਪਾਣੀ ਚੱਲਦਾ ਤਾਂ ਲੁੱਕ ਵਧੀਆ ਹੈਗੀ ਹੈ, ਔਰ ਪਾਣੀ ਰੁਕਿਆ ਹੋਇਆ ਤਾਂ ਲੁੱਕ ਕੀ ਦੇ ਰਹੀ ਹੈ। ਕੈਮਰਾ ਪਰਸਨ ਵਿਜੇ ਨਾਲ ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਗਰਮੀ ਤੋਂ ਬਚਾਵ ਲਈ ਲੋਕ ਕਰ ਰਹੇ ਹਨ ਠੰਡੀਆਂ ਚੀਜ਼ਾਂ ਦਾ ਸੇਵਨ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ ₹5 से शुरू। Land in your city, unlimited fun. Tujhe dekha hua pagal, pagal, body body just a bottle, bottle. Passa chane ja paneri Yamaha, let me hit the throttle. Let me make you move, let me make you move. Call me bad boy, baby, bongo thoda crack. Yeah, jaan leva, is a mera swag. Yeah, let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੌਸਮ ਵਿੱਚ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਸੂਰਜ ਦੇਵਤਾ ਸਾਡੇ ਤੇ ਪੂਰੀ ਤਰ੍ਹਾਂ ਮਿਹਰਬਾਨ ਹਨ। ਗਰਮੀ ਦੀਆਂ ਤੇਜ਼ ਕਿਰਨਾਂ ਸਾਨੂੰ ਝੁਲਸਾ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਛਾਂ ਲੱਭਦੇ ਹਨ, ਨਾਲ ਹੀ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਨੂੰ ਮਨ ਕਰਦਾ ਹੈ, ਜਿਸ ਵਿੱਚ ਦੁੱਧ ਤੋਂ ਬਣੀਆਂ ਆਈਟਮਾਂ ਦੀ ਮੰਗ ਜ਼ਿਆਦਾ ਹੈ। ਬੱਚੇ, ਵੱਡੇ ਅਤੇ ਬਜ਼ੁਰਗ ਆਈਸਕ੍ਰੀਮ ਅਤੇ ਕੁਲਫੀ ਖਾਣਾ ਪਸੰਦ ਕਰਦੇ ਹਨ, ਜਿਸ ਦੇ ਨਾਲ ਮਿਲਕ ਸ਼ੇਕ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਸ਼ਹਿਰ ਵਿੱਚ ਦੁਕਾਨਾਂ 'ਤੇ ਬ੍ਰਾਂਡਡ ਅਤੇ ਮੀਡੀਅਮ ਕੰਪਨੀਆਂ ਦੇ ਮਿਲਕ ਪ੍ਰੋਡਕਟਸ ਵੇਚੇ ਜਾਂਦੇ ਹਨ, ਜਿਨ੍ਹਾਂ ਦੀ ਡਿਮਾਂਡ ਵੱਧ ਰਹੀ ਹੈ। ਦੁਕਾਨਾਂ ਤੋਂ ਇਲਾਵਾ ਸੜਕਾਂ 'ਤੇ ਹੋਰ ਤਰੀਕੇ ਨਾਲ ਵੀ ਸਮਾਨ ਵੇਚਿਆ ਜਾ ਰਿਹਾ ਹੈ, ਜਿਸ ਨੂੰ ਲੋਕ ਪਸੰਦ ਕਰਦੇ ਹਨ। ਨਿਊ ਅੰਮ੍ਰਿਤਸਰ ਦੇ ਬਾਹਰ ਦੁੱਧ ਤੋਂ ਬਣਿਆ ਸਮਾਨ ਵੇਚਦੀ ਇੱਕ ਗੱਡੀ ਨਜ਼ਰ ਆਈ, ਜੋ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਵੇਚ ਰਹੀ ਸੀ। ਸ਼ਹਿਰ ਵਿੱਚ ਕਈ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਗੱਡੀਆਂ ਨਜ਼ਰ ਆਉਂਦੀਆਂ ਹਨ, ਜੋ ਕਿ ਕਾਫੀ ਡਿਮਾਂਡ ਵਿੱਚ ਹਨ। ਉਮੀਦ ਕਰਦੇ ਹਾਂ ਕਿ ਕੁਆਲਿਟੀ ਦਾ ਧਿਆਨ ਰੱਖਿਆ ਜਾਂਦਾ ਹੋਵੇਗਾ ਤਾਂ ਜੋ ਕਿਸੇ ਦੀ ਸਿਹਤ ਖਰਾਬ ਨਾ ਹੋਵੇ। ਗਰਮੀਆਂ ਦਾ ਸੀਜ਼ਨ ਸ਼ੁਰੂ ਹੈ ਔਰ ਅੱਤ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਪਿਛਲੇ ਕਾਫੀ ਦਿਨਾਂ ਤੋਂ ਅਸੀਂ ਵੇਖਦੇ ਪਏ ਹਾਂ ਕਿ ਮਿਲਕ ਪ੍ਰੋਡਕਟਸ ਜਿਹੜੇ ਹੈਗੇ ਉਹਨਾਂ ਦੀ ਸੇਲ ਚੰਗੀ ਹੋ ਰਹੀ ਹੈ।
ਕੰਪਨੀਜ਼ ਹੈਗੀਆਂ ਨੇ ਬ੍ਰਾਂਡਡ ਕੰਪਨੀਜ਼ ਦੇ, ਉਹਨਾਂ ਦੇ ਮਿਲਕ ਪ੍ਰੋਡਕਟਸ ਵੀ ਹੈਗੇ ਆ, ਬੱਚੇ ਖਾਂਦੇ ਆ, ਅਸੀਂ ਵੀ ਖਾਂਦੇ ਹਾਂ, ਔਰ ਕੁਝ ਗੱਡੀਆਂ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਵੀ ਲੱਗੀਆਂ ਜਿਹੜੀ ਤੁਸੀਂ ਮੇਰੇ ਮਗਰ ਵੇਖਦੇ ਪਏ ਹੋ, ਮਿਲਕ ਪ੍ਰੋਡਕਟ ਇਹ ਵੀ ਸੇਲ ਕਰ ਰਹੇ ਹਨ। ਉਹਨਾਂ ਦਾ ਹਾਈਜੀਨ ਲੈਵਲ ਕੀ ਹੈ ਕੰਪਨੀਜ਼ ਦਾ, ਇਹ ਉਹਨਾਂ ਨੂੰ ਪਤਾ ਹੋਏਗਾ, ਲੇਕਿਨ ਇਹ ਬੰਦਾ ਵੀ ਜਿਹੜੀ ਮਿਹਨਤ ਕਰ ਰਿਹਾ ਉਹ ਆਪਣੇ ਲੈਵਲ ਦੀ ਕਰਦਾ ਪਿਆ। ਕਿਆ ਹਾਈਜੀਨ ਜਿਹੜੀ ਇਹਨਾਂ ਦੇ ਸਿਸਟਮਸ ਹੈਗੇ ਆ ਉਹ ਮੈਚ ਕਰਦੇ ਆ ਸਾਡੇ ਪ੍ਰੋਟੋਕੋਲ ਨੂੰ, ਸਾਡੇ ਸਿਸਟਮ ਨੂੰ, ਔਰ ਕਿਆ ਸਾਡੀ ਸਿਹਤ ਅਲਾਓ ਕਰਦੀ ਹੈ ਕਿ ਅਸੀਂ ਇਹ ਵੀ ਰੋਡ ਸਾਈਡ ਖੜੋਤੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਪ੍ਰੋਡਕਟਸ ਖਾਈਏ। ਉਮੀਦ ਕਰਦੇ ਕਿ ਹੈਲਥ ਡਿਪਾਰਟਮੈਂਟ ਇਸ ਚੀਜ਼ ਨੂੰ ਦੇਖਦਾ ਹੋਏਗਾ ਔਰ ਪ੍ਰੂਫ ਕੀਤਾ ਹੋਏਗਾ ਉਹਨਾਂ ਨੇ, ਕਿਉਂਕਿ ਉਹਨਾਂ ਦੀ ਅਪਰੂਵਲ ਹੋਏਗੀ, ਪਰਮਿਸ਼ਨ ਹੋਏਗੀ, ਤਾਂ ਹੀ ਇਹ ਗੱਡੀਆਂ ਸੜਕ ਦੇ ਉੱਤੇ ਖੜੋਤੀਆਂ ਹਨ। ਸਿਹਤ ਸਾਰੇ ਠੀਕ ਰਹੇ ਔਰ ਗਰਮੀਆਂ ਦਾ ਸੀਜ਼ਨ ਇੱਕ ਵਧੀਆ ਨਿਕਲ ਜਾਵੇ, ਨਾਲ ਹੀ ਫੂਡ ਪ੍ਰੋਡਕਟਸ ਜਿਹੜੇ ਆ ਜਾਂ ਮਿਲਕ ਪ੍ਰੋਡਕਟਸ ਖਾਸ ਕਰ ਉਹਨਾਂ ਦੀ ਸੇਲ ਵੀ ਵਧੀਆ ਰਹੇ। ਕੈਮਰਾ ਪਰਸਨ ਵਿਜੇ ਨਾਲ ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮਹਾਜਨ ਸਭਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਮੂਹ ਮਹਾਜਨ ਸਮਾਜ ਨੇ ਚੋਣ ਰੈਲੀ ਵਿੱਚ ਤਰਨਜੀਤ ਸਿੰਘ ਸੰਧੂ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੱਪੂ ਮਹਾਜਨ, ਆਸ਼ੀਸ਼ ਮਹਾਜਨ, ਰਮਾ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਮਹਾਜਨ ਸਮਾਜ ਦੇ ਮੈਂਬਰ ਹਾਜ਼ਰ ਸਨ। ਭਾਰਤੀ ਜਨਤਾ ਪਾਰਟੀ ਦੇ ਸਮਰਥਨ ਵਿੱਚ ਮਹਾਜਨ ਬਰਾਦਰੀ ਆਲ ਓਵਰ ਅੰਮ੍ਰਿਤਸਰ ਦੀ ਮਹਾਜਨ ਬਰਾਦਰੀ ਨੇ ਪੂਰਜੋਰ ਸਮਰਥਨ ਦਿੱਤਾ ਸਮੁੰਦਰੀ ਸਾਹਿਬ ਨੂੰ। ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਪੁਰਾਣੀ ਵਾਰਡ ਨੰਬਰ 17 ਅਤੇ ਨਵੀਂ ਵਾਰਡ ਨੰਬਰ 15 ਦੇ ਸੀਵਰੇਜ ਅਤੇ ਚੈਂਬਰਾਂ ਦੀ ਸਫਾਈ ਕਰਵਾਈ ਗਈ। ਟੰਡਾ ਨਗਰ ਗਲੀ ਨੰਬਰ 2 ਟੰਡਾ ਨਗਰ ਚੈਂਬਰ ਦੀ ਸਫਾਈ ਕਰਕੇ ਗਾਰ ਦਾ ਤੋੜਾ ਭਰ ਕੇ ਕੱਢਿਆ। ਹੀਰਾ ਸਿੰਘ ਅਤੇ ਗਾਗੀ ਬਾਦਸ਼ਾਹ ਸ਼ਾ ਗਏ ਨੇ ਵੀ ਇਹ ਭੈਣ ਜੀ ਖੋਜੇ। ਚਲੋ ਮਿਹਰਬਾਨੀ ਜੀ, ਚੈਂਬਰ ਹੋ ਗਿਆ ਸਾਫ, ਪਾਣੀ ਜਾਂਦਾ ਬੁੜਕ ਬੁੜਕ ਕੇ। ਅੰਮ੍ਰਿਤਸਰ ਹਲਕਾ ਪੂਰਵੀ ਵੇਰਕਾ ਮੋਹਨ ਨਗਰ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਬੈਠਕ ਹੋਈ, ਜਿਸ ਵਿੱਚ ਤੀਰਥਪਾਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਪਹੁੰਚੇ ਅਤੇ ਲੋਕ ਸਭਾ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੀਰਥਪਾਲ ਸਿੰਘ ਵੱਲੋਂ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹਾਜ਼ਰੀ ਭਰੀ। ਲੋਕ ਘਰਾਂ 'ਚੋਂ ਬਾਹਰ ਆ ਰਹੇ ਨੇ ਔਰ ਉਹਨਾਂ ਨੂੰ ਪਿਆਰ ਦੇਖਦੇ ਹੋਏ ਅੱਜ ਬਹੁਤ ਜ਼ਿਆਦਾ ਭਰਵਾਂ ਹੰਗਾਰਾ ਮਿਲ ਰਿਹਾ ਔਰ ਇਹ ਇਸ ਦਾ ਤੁਹਾਨੂੰ ਨਤੀਜਾ ਜਿਹੜਾ 1 ਤਰੀਕ ਨੂੰ ਲੋਕ ਵੋਟ ਪਾ ਕੇ ਦੇਣਗੇ ਔਰ 4 ਤਰੀਕ ਨੂੰ ਰਿਜ਼ਲਟ ਦੱਸੇਗਾ। ਅਸੀਂ ਪਬਲਿਕ ਨੂੰ ਇਹੋ ਕਹਾਂਗੇ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ 1 ਤਰੀਕ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ। ਵਾਰਡ ਨੰਬਰ 65 ਗੁਰੂ ਰਾਮਦਾਸ ਨਗਰ ਵਿਖੇ ਕਾਂਗਰਸ ਦੇ ਸੀਨੀਅਰ ਲੀਡਰ ਦੀਪਕ ਪਹਿਲਵਾਨ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਨਾਰਾ ਦਿੱਤਾ ਕਿ ਕਾਂਗਰਸ ਜਿਤਾਓ ਅਤੇ ਸੰਵਿਧਾਨ ਬਚਾਓ। ਇਸ ਮੀਟਿੰਗ ਵਿੱਚ ਬਾਬਾ ਸ਼ਸ਼ੀ ਸ਼ਾਹ, ਗੁਲਸ਼ਨ ਕੁਮਾਰ, ਤਰਲੋਕ ਚੰਦ, ਸੁਖਦੇਵ ਰਾਜ, ਆਦਿੱਤਯ ਸਮੇਤ ਕਾਂਗਰਸ ਦੇ ਲੀਡਰ ਅਤੇ ਆਗੂ ਮੌਜੂਦ ਸਨ। ਅੱਜ ਸਾਰਿਆਂ ਨੂੰ ਹੱਥ ਜੋੜ ਕੇ ਆਪਣੀ ਬੇਨਤੀ ਕਰੂੰਗਾ, ਮੇਰੀ ਅਪੀਲ ਸਵੀਕਾਰ ਕਰ ਲੈਣਾ। ਮੇਰੇ ਵੀਰੋ, ਸੰਵਿਧਾਨ ਹੈਗਾ ਅਤੇ ਆਪਾਂ ਹੈਗੇ ਹਾਂ, ਜੇ ਸੰਵਿਧਾਨ ਹੈਗਾ ਵਾ ਤਾਂ ਸਾਡੀ ਪਹਿਚਾਣ ਹੈਗੀ ਆ, ਜੇ ਸੰਵਿਧਾਨ ਨਹੀਂ ਹੈਗਾ ਤਾਂ ਆਪਾਂ ਵੀ ਨਹੀਂ ਹੈਗੇ। ਕਾਂਗਰਸ ਲਿਆਓ ਅਤੇ ਸੰਵਿਧਾਨ ਬਚਾਓ। ਸ਼੍ਰੀ ਸੁਖਨੀ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਗੁਰਪੁਰਬ ਦਿਵਸ 31 ਮਈ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸੰਬੰਧ ਵਿੱਚ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ 31 ਮਈ 2024 ਨੂੰ ਦੁਪਹਿਰ 1 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਹੋਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਕਥਾਵਾਚਕ ਗੁਰੂ ਜਸ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸੰਬੰਧ ਵਿੱਚ ਸ਼੍ਰੀ ਸੁਖਨੀ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਦੇ ਮੁੱਖ ਸੇਵਾਦਾਰ
ਗੁਰਦੀਪ ਸਿੰਘ ਸਰੂਜਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਹਨਾਂ ਦੇ ਨਾਲ ਭਾਈ ਜੋਗਿੰਦਰ ਸਿੰਘ, ਹਰਜੀਤ ਸਿੰਘ, ਹਰਮੀਤ ਸਿੰਘ, ਭਜਨ ਸਿੰਘ, ਅਮਰੀਕ ਸਿੰਘ ਚਾਵਲਾ ਸਮੇਤ ਮੈਂਬਰ ਮੌਜੂਦ ਸਨ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 241 ਤੇ ਕੀਤਾ ਜਾਵੇਗਾ। ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਗੁਰਿਆਈ ਗੁਰਪੁਰਬ ਜੋ ਹਰ ਸਾਲ ਅਸੀਂ 1967 ਤੋਂ ਮਨਾਉਂਦੇ ਆਏ ਹਾਂ, ਇਸ ਵਾਰੀ 31 ਮਈ ਨੂੰ ਗੁਰਦੁਆਰਾ ਕੌਲਸਰ ਵਿਖੇ ਮਨਾਇਆ ਜਾ ਰਿਹਾ। ਜੋ ਤਿਆਰੀਆਂ ਚੱਲ ਰਹੀਆਂ ਹਨ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਤਕਰੀਬਨ ਕਾਰੇ ਸਾਰੇ ਸਿਰੇ ਚੜ੍ਹ ਚੁੱਕੇ ਹਨ। ਇਸ ਵੇਲੇ ਸੰਗਤਾਂ ਉਤਸ਼ਾਹ 'ਚ ਵੀ ਹਨ, ਲਾਈਟਾਂ ਲੱਗ ਰਹੀਆਂ ਹਨ। ਜੈ ਮਾਂ ਕਾਲੀ ਚਿੰਤਪੁਰਨੀ ਸੇਵਕ ਸਭਾ ਵੱਲੋਂ 13ਵੇਂ ਮੂਰਤੀ ਸਥਾਪਨਾ ਦਿਵਸ ਦੇ ਸ਼ੁਭ ਅਵਸਰ 'ਤੇ ਮਹੰਤ ਸ਼੍ਰੀ ਸੁਮੇਸ਼ ਸੇਠ ਦੀ ਪ੍ਰਧਾਨਗੀ ਹੇਠ ਕਰਵਾਏ ਗਏ 11 ਰੋਜ਼ਾ ਪ੍ਰੋਗਰਾਮ ਦੇ 3ਜੇ ਦਿਨ ਕੁਮਾਰ ਮੁਕੇਸ਼ ਐਂਡ ਪਾਰਟੀ ਵੱਲੋਂ ਮਹਾਰਾਣੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਨਰੇਸ਼ ਮਹਿੰਦਰੂ, ਪੰਕਜ ਸੇਠ, ਸੁਨੀਲ ਮਹਿਰਾ, ਸੰਦੀਪ ਆਹੂਜਾ, ਵਿਕਾਸ ਭਾਟੀਆ ਆਦਿ ਹਾਜ਼ਰ ਸਨ। ਸ਼ਿਵਾਲਾ ਗੰਗਾ ਰਾਮ ਵਿਖੇ ਸਤਕੀਰਤਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਸ਼੍ਰੀ ਦੁਰਗਿਆਣਾ ਤੀਰਥ ਦੀ ਸ਼ਤਾਬਦੀ ਦਿਹਾੜੇ ਦੇ ਉਪਲਕਸ਼ ਵਿੱਚ 28 ਮਈ ਤੋਂ 12 ਜੂਨ ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਪਹਿਲੀ ਪ੍ਰਭਾਤ ਫੇਰੀ ਸ਼੍ਰੀ ਦੁਰਗਿਆਣਾ ਤੀਰਥ ਤੋਂ ਸ਼ੁਰੂ ਹੋਈ, ਜੋ ਅੰਦਰੂਨੀ ਸ਼ਹਿਰ ਦੇ ਇਲਾਕਿਆਂ ਵਿੱਚੋਂ ਹੁੰਦੀ ਹੋਈ ਸ਼੍ਰੀ ਰਾਧਾ ਵੱਲਭ ਮੰਦਿਰ ਵਿਖੇ ਸਮਾਪਤ ਹੋਈ। ਸ਼੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ, ਸੰਜੀਵ ਖੰਨਾ, ਰੋਹਿਤ ਖੰਨਾ, ਕਪਿਲ ਮਹਿਰਾ ਸਮੇਤ ਸੰਗਤਾਂ ਮੌਜੂਦ ਸਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਬੱਚਾ ਜਿਸਦੀ ਉਮਰ ਕਰੀਬ 4-5 ਸਾਲ ਅਤੇ ਉਸਨੇ ਲਾਲ ਰੰਗ ਦੀ ਪੂਰੀ ਬਾਹਾਂ ਦੀ ਟੀ ਸ਼ਰਟ, ਕਾਲੇ ਰੰਗ ਦਾ ਲੋਅਰ ਪਹਿਨਿਆ ਹੋਇਆ ਹੈ, ਜਿਸ ਨੂੰ ਉਸਦੇ ਮਾਤਾ ਪਿਤਾ ਲਾਵਾਰਿਸ ਹਾਲਤ ਵਿੱਚ ਛੱਡ ਕੇ ਚਲੇ ਗਏ ਸਨ। ਇਸ ਬੱਚੇ ਨੂੰ CWC ਦੇ ਹੁਕਮ ਅਨੁਸਾਰ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਹੈ। ਪੁਲਿਸ ਵੱਲੋਂ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਛੱਡ ਕੇ ਜਾਣ ਵਾਲੇ ਇਸਦੇ ਮਾਤਾ ਪਿਤਾ ਦੀ ਤਸਵੀਰ ਵੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ CCTV ਕੈਮਰਿਆਂ ਵਿੱਚੋਂ ਨਿਕਲਵਾਈ ਗਈ ਹੈ, ਤਾਂ ਜੋ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਛੱਡ ਕੇ ਜਾਣ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਕਬੂਲਪੁਰਾ ਵਿਖੇ ਕੀਤਾ ਗਿਆ ਚੋਣ ਪ੍ਰਚਾਰ। ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਕੱਢਿਆ ਗਿਆ ਰੋਡ ਸ਼ੋਅ। ਪ੍ਰਤਾਪਨਗਰ ਵਿਖੇ ਕਾਂਗਰਸ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ। ਇਹ ਸਨ ਅੱਜ ਦੀਆਂ ਖਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।